ਹਾਂਜੀ, ਆ ਗਏ ਵੀਡੀਓ ਵੇਖਣ। ਚਲੋ ਚੰਗਾ ਕੀਤਾ। ਚਲੋ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਬਹੁਤ ਹੀ ਜ਼ਿਆਦਾ ਸੋਹਣੀ ਇੰਟਰਸਟਿੰਗ ਜੀ ਵੀਡੀਓ, ਜਿਹਨੂੰ ਵੇਖ ਕੇ ਤੁਹਾਡਾ ਸਾਰਿਆਂ ਦਾ ਦਿਲ ਜਿਹੜਾ ਨਾ ਬਾਗੋ ਬਾਗ ਹੋ ਜਾਊਗਾ। ਅੱਜ ਤੁਹਾਨੂੰ ਆਪਾਂ ਸਿਖਾਵਾਂਗੇ ਕਿ ਜਿਹੜੇ ਲਹਿੰਗਾ ਸਟਾਈਲ 'ਚ ਸਕਰਟਾਂ ਬਣਦੀਆਂ ਉਹ ਕਿਵੇਂ ਬਣਦੀਆਂ, ਜਿਹੜੀ ਲੌਂਗ ਡਰੈਸਾਂ ਦੇ ਨਾਲ ਪਾਈਆਂ ਜਾਂਦੀਆਂ। ਅੱਜ ਤੁਹਾਨੂੰ ਆਪਾਂ ਉਹੀ ਚੀਜ਼ ਦੱਸਾਂਗੇ ਜੀ। ਆ ਜਿਹੜੀ ਤੁਸੀਂ ਫੋਟੋ ਵਿੱਚ ਵੇਖ ਰਹੇ ਹੋ ਇਹ ਮਿਸਟਰ ਐਂਡ ਮਿਸਿਸ ਸਰਾਂ, ਅਤੇ ਇਹ ਵੈਸੇ ਮੇਰੇ ਕਲਾਇੰਟ ਵੀ ਆ ਅਤੇ ਮੇਰਾ ਫਰੈਂਡ ਵੀ ਹੈ। ਐਕਚੁਅਲੀ ਇਹਨਾਂ ਦੀ ਜਿਹੜੀ ਡਰੈਸ ਬਣੀ ਹੋਈ ਆ ਇਹ ਇੱਥੋਂ ਹੀ ਬਣ ਕੇ ਗਈ ਆ, ਅਤੇ ਇਹੀ ਜਿਹੜੀ ਸਕਰਟ ਇਹਨਾਂ ਦੇ ਪਾਈ ਹੋਈ ਆ, ਕਿਵੇਂ ਸਟਿਚ ਕਰਨੀ ਆ, ਕਿਵੇਂ ਇਹਨੂੰ ਬਣਾਉਣਾ ਕਰਨਾ, ਕਿਵੇਂ ਇਹਦੀ ਕਟਿੰਗ ਕਰਨੀ ਆ। ਚਲੋ ਆ ਜਾਓ, ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦੂਸਰੇ ਚੈਨਲ ਦਾ ਲਿੰਕ ਆ ਜਿਹੜਾ ਉਹ ਵੀ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੀ, ਅਤੇ ਉਹਨੂੰ ਵੀ ਸਬਸਕ੍ਰਾਈਬ ਕਰੋ। ਜ਼ਿਆਦਾ ਟਾਈਮ ਨਾ ਖਰਾਬ ਕਰੋ, ਵੀਡੀਓ ਸ਼ੁਰੂ ਕਰੋ। ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ, ਜਿਹੜਾ ਆਹ ਪੀਸ ਹੁੰਦਾ, ਸਪੋਜ਼ ਕਰੋ ਜਿਹੜਾ ਆਪਣਾ ਨੋਰਮਲ 3 ਮੀਟਰ ਦਾ ਆਪਣੇ ਕੋਲ ਜਾਂ 3.5 ਮੀਟਰ ਦਾ ਜਿੰਨਾ ਵੀ ਕੱਪੜਾ ਹੈਗਾ, ਇਸ ਪੀਸ ਦੇ ਆਪਾਂ ਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ, ਅਤੇ ਇਹਦੇ ਵਿੱਚ ਆਪਾਂ 3 ਲੈਂਥਾਂ ਲਾਵਾਂਗੇ। ਜਿੰਨੀ ਮੰਨ ਕੇ ਚੱਲੋ ਆਪਣੀ ਸਲਵਾਰ ਦੀਆਂ ਲੈਂਥ ਹੈਗੀ ਆ, ਉਸ ਤੋਂ ਆਪਾਂ 1 ਇੰਚ ਵੱਧ ਲਾਵਾਂਗੇ ਜੀ। ਇਹ ਚੀਜ਼ ਦਾ ਬਹੁਤ ਧਿਆਨ ਰੱਖ ਲਿਓ। ਜਿਵੇਂ ਮੰਨ ਕੇ ਚੱਲੋ ਜਿਵੇਂ ਇਹਦੀ 39 ਇੰਚ ਲੈਂਥ ਹੈਗੀ ਆਪਣੇ ਵਾਲੇ ਪੀਸ ਦੀ, ਅਤੇ ਆਪਾਂ ਇਹਨੂੰ 40 ਇੰਚ ਕਟਿੰਗ ਕਰਾਂਗੇ, ਸਿੰਪਲ ਥੱਲੇ ਫੋਲਡਿੰਗ ਹੋ ਜੂਗੀ, ਉੱਪਰ ਜਿਹੜੀ ਐਕਸਟਰਾ ਉਹਦੇ ਬੈਲਟ ਜਾਂ ਇਲਾਸਟਿਕ ਤੁਸੀਂ ਜਿਹੜੀ ਚੀਜ਼ ਵੀ ਪਾਉਣੀ ਆ ਉਹ ਪੈ ਜੂਗੀ। ਜਿਵੇਂ ਇਹਦੀ 39 ਇੰਚ ਹੈ ਜੀ, ਅਤੇ ਆਪਾਂ ਕਟਿੰਗ ਕਰਾਂਗੇ 40 ਇੰਚ, ਅਤੇ 40-40 ਦੀਆਂ ਘੱਟੋ ਘੱਟ ਆਪਾਂ 3 ਲੈਂਥਾਂ ਉਤਾਰਾਂਗੇ। ਆ ਜਿਵੇਂ 39 ਹੈ ਜੀ, ਆਪਾਂ ਕਟਿੰਗ ਕਰਾਂਗੇ 40 ਇੰਚ ਦੀ। ਜਿੰਨੀ ਵੀ ਮਤਲਬ ਤੁਹਾਡੀ ਕੋਈ ਲੈਂਥ ਹੋਵੇ ਸਲਵਾਰ ਦੀ ਜਾਂ ਤੁਸੀਂ ਸਕਰਟ ਦੀ ਹੋਈ ਮਿਨੀ ਆ, ਬਸ ਉਹਦੇ ਨਾਲੋਂ 1 ਇੰਚ ਵੱਧ ਰੱਖ ਲਿਓ, ਯਾਦ ਨਾਲ ਉੱਪਰ ਬੈਲਟ ਵੱਖਰੀ ਪੈ ਜੂਗੀ ਇਹਦੇ। ਇਸ ਤਰੀਕੇ ਨਾਲ ਸਿੰਪਲ ਕਟਿੰਗ ਕਰ ਲਿਓ ਜੀ, ਅਤੇ ਇਸ ਤਰੀਕੇ ਨਾਲ ਤੁਸੀਂ ਜਿਹੜੇ ਹੈਗੇ ਆਪਾਂ 3 ਪੀਸ ਕਟਿੰਗ ਕਰਨੇ ਇਹਦੇ ਨਾਲ ਦੇ। ਅਤੇ ਜਿਹੜੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਪ੍ਰੈਸ ਕਰੋ, ਤਾਂ ਕਿ ਤੁਹਾਨੂੰ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਤਰੀਕੇ ਨਾਲ ਆਪਾਂ 3 ਕਟਿੰਗਾਂ ਲਾ ਲੈਣੀਆਂ ਜੀ ਇਹਦੀਆਂ, ਧਿਆਨ ਰੱਖ ਲਿਓ 3 ਕਟਿੰਗਾਂ ਨੂੰ ਆਪਾਂ ਇੱਕ ਦੂਜੇ ਦੇ ਉੱਪਰ ਪ੍ਰੋਪਰ ਤਰੀਕੇ ਨਾਲ ਵਿਛਾ ਲੈਣਾ। ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜਾ 1 ਪੱਲਾ ਹੋਊਗਾ ਇਹਦੇ ਵਿੱਚੋਂ 4 ਕਲੀਆਂ ਨਿਕਲਣਗੀਆਂ ਜੀ, ਅਤੇ 3 ਆਪਾਂ ਤਾਂ ਕੱਟਿਆ ਤਾਂ ਕਿ ਆਪਣੇ ਕੋਲ 12 ਕਲੀਆਂ ਹੋ ਜਾਣਗੀਆਂ, 6 ਕਲੀਆਂ ਅਗਲੀ ਸਾਈਡ ਹੋਣਗੀਆਂ, 6 ਕਲੀਆਂ ਬੈਕ ਸਾਈਡ 'ਤੇ। ਇਹਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਕੀ ਕਰਨਾ, ਇਹਨੂੰ ਵਿਛਾ ਲੈਣਾ ਪੀਸ ਦੇ ਉੱਪਰ, ਪੀਸ ਪ੍ਰੋਪਰ ਤਰੀਕੇ ਨਾਲ, ਕਿਤੋਂ ਵੀ ਵਾਧ ਘਾਟ ਨਾ ਰਹੇ, ਕਿਉਂਕਿ ਜਿੱਥੇ ਵੀ ਫਰਕ ਰਹਿ ਗਿਆ ਉੱਥੇ ਹੀ ਤੁਹਾਡੀ ਜਿਹੜੀ ਕਲੀ ਆ ਵੱਡੀ ਛੋਟੀ ਰਹਿ ਜੂਗੀ, ਫਿਰ ਆਪਸ ਵਿੱਚ ਕਲੀਆਂ ਮੈਚ ਨਹੀਂ ਹੋਣੀਆਂ। ਹੁਣ ਆਪਾਂ ਕੀ ਕਰਾਂਗੇ, ਪੂਰੇ ਪੀਸ ਦਾ ਸੈਂਟਰ ਕਰ ਲਵਾਂਗੇ, ਦੋਨਾਂ ਸਾਈਡ ਤੋਂ ਆਪਾਂ ਸੈਂਟਰ ਕਰਨਾ ਜੀ, ਅਤੇ ਇੱਕ ਨੀਚੇ ਸਾਈਡ ਤੋਂ ਆਪਾਂ 7-7 ਜਾਂ 8-8 ਇੰਚ ਛੱਡ ਕੇ ਤੁਸੀਂ ਨਿਸ਼ਾਨ ਲਾਉਣਾ। ਇਹ ਨਿਸ਼ਾਨ ਦਾ ਮਤਲਬ ਇਹ ਹੈ ਵੀ ਥੱਲੇ ਜਿਹੜੀ ਤੁਸੀਂ ਕੋਈ ਲੈਸ ਲਾਓਗੇ ਪ੍ਰੋਪਰ ਲੱਗ ਜੂਗੀ, ਆਪਾਂ ਜਿਹੜੀ ਗਲਾਈ ਜਾਂ ਰੇਵ ਜਿਹੜੀ ਵੀ ਕਟਿੰਗ ਕਰਨੀ ਆ ਇਹ 7 ਇੰਚ ਤੋਂ ਉੱਪਰ ਕਰਨੀ ਆ। ਆਪਣੀ ਜਿਹੜੀ ਕਲੀਆਂ ਹੋਣਗੀਆਂ ਜੀ 12 ਹੋਣਗੀਆਂ, 6 ਕਲੀਆਂ ਅੱਗੇ ਹੋਣਗੀਆਂ, 6 ਕਲੀਆਂ ਪਿੱਛੇ ਹੋਣਗੀਆਂ, ਟੋਟਲ ਆਪਣੀਆਂ 12 ਕਲੀਆਂ ਹੋਣਗੀਆਂ। ਹੁਣ ਕਲੀਆਂ ਕਿਵੇਂ ਕਟਿੰਗ ਕਰਨੀਆਂ, ਕਿਵੇਂ ਉਹਦੀ ਮੈਜ਼ਰਮੈਂਟ ਲੈਣੀ, ਮੈਂ ਤੁਹਾਨੂੰ ਦੱਸਦਾ। ਜਿਵੇਂ ਸਪੋਜ਼ ਕਰੋ ਤੁਸੀਂ ਆਪਾਂ ਬੈਲਟ 20 ਇੰਚ ਰੈਡੀ ਕਰਨੀ ਹੈ, ਤਾਂ ਫਿਰ ਆਪਾਂ 24 ਇੰਚ ਕਟਿੰਗ ਕਰਾਂਗੇ। ਮੰਨ ਲਓ ਜਿਹੜੀ 24 ਆਪਾਂ 6 ਨਾਲ ਡਿਵਾਈਡ ਕਰਾਂਗੇ, ਮਤਲਬ ਫਰੰਟ ਜਿਹੜਾ ਪੱਲਾ ਮੰਨ ਲਓ 24 ਆਪਾਂ ਰੱਖਿਆ, ਅਤੇ ਉਹਦੇ ਨਾਲ ਆਪਾਂ 6 ਨੂੰ ਡਿਵਾਈਡ ਕਰਾਂਗੇ, ਜਿਵੇਂ ਉਹ ਨਿਕਲੇ ਉਹ 4 ਇੰਚ, ਫਿਰ ਆਪਾਂ ਕਲੀ ਰੱਖਾਂਗੇ 4 ਇੰਚ ਦੀ। ਅਤੇ ਜੇ ਆਪਣਾ ਮੰਨ ਲਓ ਘੱਟ ਹੋਊਗਾ ਕਿ ਆਪਾਂ ਤੁਸੀਂ ਬੈਲਟ 18 ਤਿਆਰ ਰੱਖਣੀ ਆ ਜਾਂ ਜਿੰਨੀ ਵੀ ਤੁਸੀਂ ਘੱਟ ਤਿਆਰ ਰੱਖਣੀ ਆ, ਫਿਰ ਉਸ ਹਿਸਾਬ ਨਾਲ ਕਲੀਆਂ ਦਾ ਸਾਈਜ਼ ਆ ਜਿਹੜਾ ਉਹ ਛੋਟਾ ਹੁੰਦਾ ਜਾਊਗਾ। ਅਤੇ ਉਸ ਤੋਂ ਬਾਅਦ ਜਿਵੇਂ ਮੰਨ ਕੇ ਚੱਲੋ ਨਾ ਆਪਾਂ 20 ਇੰਚ ਤਿਆਰ ਰੱਖਣੇ, ਤਾਂ ਆਪਾਂ 24 ਇੰਚ ਕਟਿੰਗ ਕਰਾਂਗੇ, 24 ਨੂੰ ਆਪਾਂ ਕੀ ਕਰਾਂਗੇ 6 ਨਾਲ ਡਿਵਾਈਡ ਕਰਾਂਗੇ। ਇਹ 24 ਆਪਾਂ ਤਾਂ ਰੱਖਿਆ ਜੀ ਕਿਉਂਕਿ ਜਿਹੜਾ ਆਪਣਾ, ਕਿਉਂਕਿ ਜਦੋਂ ਆਪਾਂ ਕਲੀਆਂ ਜੋੜਾਂਗੇ ਉਦੋਂ ਜਿਹੜਾ 1/2 ਇੰਚ ਜਿਹੜਾ ਮਾਰਜਨ ਆਊਗਾ ਸਾਰੀਆਂ ਕਲੀਆਂ ਦੇ ਵਿੱਚ, ਅਤੇ ਉਦੋਂ ਟੋਟਲੀ ਇਹ 20 ਇੰਚ ਰਹਿ ਜੂਗਾ, ਤਾਂ ਕਰਕੇ ਆਪਾਂ ਇਹ 24 ਇੰਚ ਕਟਾਈ ਕਰਨ ਲੱਗੇ ਹਾਂ ਜੀ। ਅਤੇ ਜੇ ਮੰਨ ਲਓ ਆਪਾਂ 20 ਤਿਆਰ ਕਰਾਂਗੇ ਅਤੇ 20 ਦੀਆਂ ਕਲੀਆਂ ਕੱਟ ਲਵਾਂਗੇ, ਫਿਰ ਤੁਹਾਡਾ ਜਿਹੜਾ ਬੈਲਟ ਬਹੁਤ ਜ਼ਿਆਦਾ ਛੋਟਾ ਰਹਿ ਜੂ, ਫਿਰ ਤੁਹਾਡੇ ਕਸਟਮਰ ਦੇ ਹਿੱਪ 'ਤੇ ਵੀ ਨਹੀਂ ਚੜ੍ਹਨਾ ਇਹ ਵਾਲਾ। ਇਹ ਚੀਜ਼ ਦਾ ਬਹੁਤ ਧਿਆਨ ਰੱਖਿਓ, ਜਿੰਨੀ ਵੀ ਤੁਸੀਂ ਬੈਲਟ ਰੈਡੀ ਕਰਨਾ ਚਾਹੁੰਦੇ ਹੋ ਉਹਦੇ ਨਾਲੋਂ ਤੁਸੀਂ ਘੱਟੋ ਘੱਟ 4 ਇੰਚ ਵੱਧ ਕੱਟਿਆ ਕਰੋ, ਕਿਉਂਕਿ ਬਾਕੀ ਸੀਨਾਂ ਨੇ ਬਹੁਤ ਮਾਰਜਨ ਖਿੱਚ ਲੈਣਾ ਹੁੰਦਾ। ਚਲੋ ਆ ਜਾਓ, ਹੁਣ ਕਲੀਆਂ ਤੁਹਾਨੂੰ ਦੱਸਦਾ, ਆਪਾਂ ਜਿਵੇਂ 4 ਇੰਚ ਰੱਖਿਆ ਜੀ, ਆਪਾਂ ਜਿਹੜਾ ਦਬਾਅ ਆਪਾਂ 4 ਇੰਚ ਕੱਢਿਆ, ਹੁਣ ਉਹਨੂੰ ਆਪਾਂ ਜਿਹੜਾ ਥੱਲੇ 7 ਇੰਚ ਦਾ ਨਿਸ਼ਾਨ ਲੱਗਿਆ ਉੱਥੇ ਰੱਖ ਕੇ ਆਪਾਂ ਇਹਨੂੰ ਮੈਚ ਕਰਾਂਗੇ ਇੱਕ ਦੂਜੇ ਨਾਲ। ਜਿਹੜਾ ਆਪਾਂ ਸੈਂਟਰ ਪੁਆਇੰਟ ਮਿਲਿਆ ਜੀ, ਇਹਨੂੰ 2 'ਤੇ ਰੱਖ ਲਵਾਂਗੇ ਆਪਾਂ, ਜਿਵੇਂ 4 ਇੰਚ ਨਿਕਲਿਆ ਇਹਦਾ। ਹੁਣ ਆਪਾਂ 4 ਵੇਖ ਲਓ, ਆਹ ਜਿਹੜੀ ਪੱਟੀ ਹੈਗੀ ਜਿਹੜਾ ਨਿਸ਼ਾਨ ਲਾਇਆ ਉਹਨੂੰ ਆਪਾਂ 4 ਇੰਚ ਪੂਰੀ ਕਲੀ ਰੱਖਾਂਗੇ। ਜਿਵੇਂ 2 ਇੰਚ ਦਾ ਸੈਂਟਰ ਰੱਖ ਲਿਆ ਜੀ, ਇੱਧਰ ਨਿਸ਼ਾਨ ਲੱਗ ਗਿਆ ਅਤੇ ਇੱਧਰ 4 ਇੰਚ ਦਾ ਨਿਸ਼ਾਨ ਲੱਗ ਜੂ, ਅਤੇ ਇਹ ਨਿਸ਼ਾਨ ਨੂੰ ਆਪਾਂ ਮੈਚ ਕਰਾਂਗੇ ਉਹ 7 ਇੰਚ ਦੇ ਨਿਸ਼ਾਨ ਤੱਕ ਜਿੱਥੇ ਆਪਾਂ ਥੱਲੋਂ 7 ਇੰਚ ਦਾ ਨਿਸ਼ਾਨ ਲਾਇਆ ਸੀ। ਆਪਦੇ ਸਕੇਲ ਨਾਲ ਜਾਂ ਕਿਸੇ ਵੀ ਚੀਜ਼ ਨਾਲ ਤੁਸੀਂ ਸਿੱਧਾ ਨਿਸ਼ਾਨ ਲਾ ਲਿਓ, ਕੋਈ ਇਹ 'ਚ ਲੰਬਾ ਚੌੜਾ ਕੰਮ ਨਹੀਂ ਹੈਗਾ, ਚੌੜਾ ਲੰਬਾ ਇਹਦੇ ਵਿੱਚ ਕੋਈ ਚੌੜਾ ਲੰਬਾ ਕੰਮ ਨਹੀਂ ਹੈਗਾ। ਅੱਛਾ, ਜੇ ਕਿਸੇ ਨੂੰ ਲੱਗਦਾ ਨਾ ਵੀ ਮੈਂ ਫੁੱਦੂ ਬਣਾਈ ਜਾਂਦਾ ਕਿਸੇ ਨੂੰ ਵੀ ਗਲਤ ਦੱਸੀ ਜਾਂਦਾ, ਤੁਸੀਂ ਵੀਡੀਓ ਵੇਖ ਕੇ ਖੁਦ ਅੰਦਾਜ਼ਾ ਲਾ ਸਕਦੇ ਹੋ, ਇਹਦੇ ਵਿੱਚ ਕੋਈ ਵੀ ਗਲਤ ਚੀਜ਼ ਨਹੀਂ ਦੱਸ ਰਿਹਾ, ਪ੍ਰੋਪਰ ਤਰੀਕੇ ਨਾਲ ਸਾਰਾ ਕੁਝ ਸਹੀ ਦੱਸ ਰਿਹਾ। ਜੇ ਕਿਸੇ ਨੂੰ ਲੱਗਦਾ ਵੀ ਮੈਂ
ਫਿਰ ਯਾਰ ਅਸੀਂ ਤਾਂ ਪਿਛਲੇ 10-20 ਸਾਲਾਂ ਤੋਂ ਅਸੀਂ ਕੰਮ ਕਰਦੇ ਹਾਂ, ਚੰਗਾ ਲੱਗਦਾ ਤਾਂ ਠੀਕ ਹੈ, ਨਹੀਂ ਚੰਗਾ ਲੱਗਦਾ ਤਾਂ ਵੀ ਠੀਕ ਆ। ਅਤੇ ਬਸ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਕੇ ਜਿਹਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣਾ। ਅਤੇ ਜੇ ਕਿਸੇ ਨੂੰ ਕੋਈ ਚੀਜ਼ ਨਾ ਸਮਝ ਲੱਗਦੀ ਹੋਵੇ, ਬੇਝਿਜਕ ਕਮੈਂਟ ਕਰਕੇ ਪੁੱਛ ਲਿਓ ਜਦੋਂ ਮਰਜ਼ੀ, ਰਿਪਲਾਈ ਮੈਂ ਕਰ ਦੂੰਗਾ ਛੇਤੀ ਤੋਂ ਛੇਤੀ। ਹਾਂ ਦੇਖੋ ਜੀ, ਬਹੁਤ ਹੀ ਜ਼ਿਆਦਾ ਧਿਆਨ ਨਾਲ ਕੱਟਿਓ, ਇਸ ਤਰੀਕੇ ਨਾਲ ਕੱਟਿਓ ਵੀ ਤੁਹਾਡੀਆਂ ਕਲੀਆਂ ਜਿਹੜੀਆਂ ਹਿੱਲਣ ਨਾ, ਕਿਉਂਕਿ ਜੇ ਕਲੀ ਹਿੱਲ ਗਈ ਫਿਰ ਤੁਹਾਡੀਆਂ ਜਿਹੜੀਆਂ ਕਲੀਆਂ ਦਾ ਫਰਕ ਰਹਿ ਜੂਗਾ ਜੀ, ਕੋਈ ਕਲੀ ਪਤਲੀ ਰਹਿ ਜੂ, ਕੋਈ ਮੋਟੀ ਰਹਿ ਜੂ। ਅਤੇ ਕੋਸ਼ਿਸ਼ ਕਰਿਓ ਕਲੀਆਂ ਨੂੰ ਬਰਾਬਰ ਰੱਖ ਕੇ ਪ੍ਰੋਪਰ ਤਰੀਕੇ ਨਾਲ ਕਟਿੰਗ ਕਰ ਲਿਓ, ਕਲੀਆਂ ਨੂੰ ਹਿੱਲਣ ਨਾ ਦਿਓ ਜੇ। ਜੇ ਮਾਣਕ ਦੀ ਕਲੀ ਹਿੱਲ ਗਈ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਾਲ ਕਿਵੇਂ ਜਾਂਦੇ ਹੁੰਦੇ ਆ। ਜਿਹੜਾ ਆਪਾਂ ਕਲੀਆਂ ਵਾਲਾ ਸ਼ਰਾਰਾ ਕੱਟਣਾ ਹੁੰਦਾ ਉਹ ਵੀ ਸੇਮ ਇਸੇ ਪੈਟਰਨ ਨਾਲ ਹੀ, ਇਸੇ ਤਰੀਕੇ ਨਾਲ ਹੀ ਕਟਿੰਗ ਕੀਤਾ ਜਾਂਦਾ ਹੁੰਦਾ। ਇਹ ਚੀਜ਼ ਦਾ ਵੀ ਧਿਆਨ ਰੱਖ ਲਓ। ਉਹਦੇ ਵਿੱਚ ਕੀ ਹੁੰਦਾ, ਬਸ ਉਹਦੇ ਵਿੱਚ ਇਕੱਲੀ 2-4 ਕਲੀਆਂ ਦੇ ਵਿੱਚ ਝੋਲੀ ਵਾਲੀ ਸੀਨ ਕੱਟੀ ਜਾਂਦੀ ਆ, ਮਤਲਬ ਉਹਨਾਂ ਦੀ ਮਿਆਨੀ ਕੱਟੀ ਜਾਂਦੀ ਆ, ਅਤੇ ਬਾਕੀ ਪ੍ਰੋਪਰ ਕਟਿੰਗ ਇਸੇ ਤਰੀਕੇ ਨਾਲ ਹੀ ਸ਼ਰਾਰਾ ਅੱਡ ਅੱਡ ਹੋ ਜਾਂਦਾ ਜੀ, ਮਤਲਬ ਦੋਨੇ ਲੱਤਾਂ ਅਲੱਗ ਅਲੱਗ ਹੋਈਆਂ, ਅਤੇ ਨਹੀਂ ਤਾਂ ਦੂਸਰਾ ਸੇਮ ਇਸੇ ਤਰੀਕੇ ਨਾਲ ਹੀ ਕਟਿੰਗ ਹੁੰਦੀ ਹੈ ਸਾਰੇ ਪੀਸ ਦੀ ਉਹਦੀ। ਇਸ ਤਰੀਕੇ ਨਾਲ ਆਪਣੀਆਂ ਕਲੀਆਂ ਜਿਹੜੀਆਂ ਕਟਿੰਗ ਹੋ ਚੁੱਕੀਆਂ ਜੀ, ਇਹ ਟੋਟਲ ਆਪਣੀਆਂ 12 ਕਲੀਆਂ। ਜੇ ਕਿਤੇ ਤੁਸੀਂ ਵੇਖ ਲਓ ਕੋਈ ਪੀਸ ਸਾਂਝਾ ਰਹਿੰਦਾ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਕਟਿੰਗ ਕਰ ਲਿਓ, ਵੀ ਕਈ ਵਾਰੀ ਕੀ ਹੁੰਦਾ ਜਿਹੜਾ ਆਪਣਾ ਸਾਂਝਾ ਪੀਸ ਹੁੰਦਾ ਵਿੱਚੋਂ ਕੱਟਣ ਮੁੰਨੀ ਉਹ ਰਹਿ ਜਾਂਦਾ ਹੁੰਦਾ। ਦੋਨਾਂ ਪਾਸੇ ਚੈੱਕ ਕਰ ਲਿਓ, ਇੱਧਰ ਵੀ ਅਤੇ ਉੱਧਰ ਵੀ, ਜੇ ਕੋਈ ਚੀਜ਼ ਰਹਿੰਦੀ ਹੈ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਕਟਿੰਗ ਕਰ ਲਿਓ। ਆਹ ਦੇਖੋ ਜੀ ਆਪਣੀਆਂ 12 ਕਲੀਆਂ ਜੀ, ਅਤੇ ਮੈਂ ਤੁਹਾਨੂੰ ਗਿਣ ਕੇ ਦਿਖਾ ਦਿੰਦਾ, 1, 2, 3, 4, 5, 6, 7, 8, 9, 10, 11, 12 ਆਹ ਆਪਣੀ 12 ਕਲੀਆਂ ਹੋ ਗਈਆਂ ਜੀ। ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਜੀ, ਕਲੀ ਨੂੰ ਕਲੀ ਨਾਲ ਆਪਸ 'ਚ ਜੋੜਨਾ। 6-6 ਕਲੀਆਂ, 6 ਕਲੀਆਂ ਆਪਣੀਆਂ ਫਰੰਟ ਦੀਆਂ ਹੋਣਗੀਆਂ ਜੀ, 6 ਕਲੀਆਂ ਆਪਣੀਆਂ ਬੈਕ ਦੀਆਂ ਹੋਣਗੀਆਂ। ਆਹ ਵੇਖੋ ਜੀ ਇਸ ਤਰੀਕੇ ਨਾਲ ਤੁਸੀਂ ਕਲੀ ਚੱਕ ਲੈਣੀ, ਕਲੀ ਨੂੰ ਕਲੀ ਨਾਲ ਪ੍ਰੋਪਰ ਤਰੀਕੇ ਨਾਲ ਜੋੜਦੇ ਰਹਿਣਾ ਜੀ। ਇਹ ਤੁਹਾਨੂੰ ਮੈਂ ਦੱਸਦਾ ਆਪਾਂ ਕਿਵੇਂ ਕਿਵੇਂ ਜੋੜਨਾ। ਸਭ ਤੋਂ ਪਹਿਲਾਂ ਆਪਾਂ ਕਲੀ ਨੂੰ ਆਹ ਵੇਖੋ ਜੀ ਕਲੀ ਨਾਲ ਰੱਖ ਕੇ ਇਸ ਤਰੀਕੇ ਨਾਲ ਇਹਨੂੰ ਰੱਖ ਕੇ ਸਿੰਪਲ ਜੋੜ ਲੈਣਾ। ਬਹੁਤ ਹੀ ਸਿੰਪਲ ਜਿਹਾ ਕੰਮ ਆ ਜੀ, ਕੋਈ ਲੰਬਾ ਚੌੜਾ ਕੰਮ ਨਹੀਂ, ਬਸ ਕਟਿੰਗ ਵੇਲੇ ਥੋੜ੍ਹਾ ਜਿਹਾ ਧਿਆਨ ਦੇ ਲਿਓ। ਜਦੋਂ ਤੁਸੀਂ ਬੈਲਟ 20 ਇੰਚ ਰੈਡੀ ਕਰਨੀ ਤਾਂ ਉਹਨੂੰ ਤੁਸੀਂ 4 ਇੰਚ ਵੱਧ ਰੱਖ ਕੇ ਕਟਿੰਗ ਕਰਨੀ ਆ, ਕਿਉਂਕਿ ਇਹ ਸੀਨਾਂ ਵਿੱਚ ਮਾਰਜਨ ਘੱਟੋ ਘੱਟ 1.5 ਪਾਸੇ 1.5 ਇੰਚ ਚਲਾ ਜਾਂਦਾ ਜੀ। ਆਹ ਦੇਖੋ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਜੋੜ ਲੈਣਾ ਜੀ, ਸਾਰੀਆਂ ਕਲੀਆਂ ਪ੍ਰੋਪਰ ਇਸੇ ਤਰੀਕੇ ਨਾਲ ਹੀ ਜੋੜਨੀਆਂ। ਅਤੇ ਦੀਵਾਲੀ ਵੀ ਨੇੜੇ ਆ ਰਹੀ ਹੈ, ਅਤੇ ਸਾਡੇ ਸੱਚ ਦੂਸਰੇ ਚੈਨਲ ਦਾ ਲਿੰਕ ਵੀ ਥੱਲੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਜੀ, ਅਤੇ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਵੀ ਸਾਡਾ ਲਿੰਕ ਥੱਲੇ ਦਿੱਤਾ ਹੋਇਆ। ਆਹ ਦੇਖੋ ਜੀ ਸਿੰਪਲ ਇਸੇ ਤਰੀਕੇ ਨਾਲ ਹੀ ਆਪਾਂ ਜੋੜਨੀ ਹੈ ਜੀ। ਆਹ ਦੇਖੋ ਜੀ ਕਲੀਆਂ ਇਸ ਤਰੀਕੇ ਨਾਲ ਆਪਣੀਆਂ ਸਾਰੀਆਂ ਜੁੜ ਜਾਣਗੀਆਂ ਜੀ, ਜਿਵੇਂ ਫਰੰਟ ਪੱਲੇ ਦੀਆਂ, ਅਤੇ ਸੇਮ ਹੀ ਆਪਾਂ ਬੈਕ ਪੱਲੇ ਦੀਆਂ ਇਸੇ ਤਰੀਕੇ ਨਾਲ ਜੋੜਨੀਆਂ, ਅਤੇ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਆਪਸ ਵਿੱਚ ਰੱਖ ਕੇ ਜੋੜ ਦੇਣਾ। ਅਤੇ ਇਹਦੀ ਨਿਚਲੀ ਸਾਈਡ ਘੇੜੇ ਵਾਲੇ ਪਾਸੇ ਤੁਸੀਂ ਕੋਈ ਵੀ ਲੈਸ ਵਗੈਰਾ ਲਾ ਸਕਦੇ ਹੋ, ਉਹ ਵੀ ਤੁਹਾਨੂੰ ਦੱਸੂੰਗਾ ਅਸੀਂ ਕੀ ਲਾਉਂਦੇ ਹਾਂ। ਆਹ ਦੇਖੋ ਜੀ ਸਭ ਤੋਂ ਪਹਿਲਾਂ ਜਿਵੇਂ ਉਹ ਕਲੀਆਂ ਬਣੀਆਂ ਸੀ, ਸੇਮ ਹੀ ਉਸ ਤਰੀਕੇ ਨਾਲ 6 ਕਲੀਆਂ ਆਪਾਂ ਜੋੜ ਲਈਆਂ। ਹੁਣ ਇਹਨਾਂ ਕਲੀਆਂ ਨੂੰ ਇੱਕ ਦੂਜੇ ਉੱਤੇ ਰੱਖ ਕੇ ਆਪਾਂ ਪ੍ਰੋਪਰ ਦੋਨਾਂ ਸਾਈਡ ਤੋਂ ਪ੍ਰੋਪਰ ਇਹਨਾਂ ਨੂੰ ਆਪਾਂ ਜੋੜ ਦੇਵਾਂਗੇ। ਵੀਡੀਓ ਮੈਂ ਥੋੜ੍ਹੀ ਜਿਹੀ ਫਾਸਟ ਕੀਤੀ ਹੈ ਤਾਂ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਨਾ ਹੋਵੇ, ਕਿਉਂਕਿ ਆਲਰੇਡੀ ਇਹ 30 ਮਿੰਟਾਂ ਦੀ ਵੀਡੀਓ ਬਣ ਚੁੱਕੀ ਆ। ਸੋ ਫਿਕਰ ਹੋ ਜਾਂਦਾ ਵੀ ਐਡੀ ਲੰਬੀ ਵੀਡੀਓ ਸਾਡੇ ਸਬਸਕ੍ਰਾਈਬਰ, ਸਾਡੇ ਜਿਹੜੇ ਯੂਟਿਊਬ ਫੈਮਿਲੀ ਮੈਂਬਰ ਉਹ ਕਿਵੇਂ ਦੇਖਣਗੇ। ਸੋ ਇਸੇ ਕਰਕੇ ਅਸੀਂ ਵੀਡੀਓ ਹਿਸਾਬ ਦੀ ਬਣਾਉਂਦੇ ਹਾਂ, ਜ਼ਿਆਦਾ ਵੱਡੀ ਨਹੀਂ ਬਣਾਉਂਦੇ ਹੁੰਦੇ। ਅੱਛਾ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਜੋੜ ਦੇਣਾ ਹੈਗਾ, ਅਤੇ ਦੂਸਰੇ ਪਾਸੇ ਵੀ ਸੇਮ ਹੀ ਐਂ ਜੋੜਾਂਗੇ। ਅਤੇ ਇੱਕ ਚੀਜ਼ ਦਾ ਬਹੁਤ ਧਿਆਨ ਰੱਖਿਓ, ਜਦੋਂ ਆਪਾਂ ਥੱਲੇ ਪਾਸੇ ਪਰਲੇ ਪਾਸੇ ਜੋੜਾਂਗੇ ਨਾ, ਦੂਸਰਾ ਪਾਸਾ ਜੋੜਾਂਗੇ, ਉਹ ਥੋੜ੍ਹਾ ਜਿਹਾ ਥੱਲੀ ਸਾਈਡ ਤੋਂ ਖੁੱਲ੍ਹਾ ਛੱਡ ਲਓ, ਕਿਉਂਕਿ ਉੱਥੇ ਆਪਾਂ ਜਿਹੜੀ ਆਪਾਂ ਲੈਸ ਲਾਉਣੀ ਹੋਊਗੀ ਉਹ ਆਪਾਂ ਉਹਨਾਂ ਕੱਟ ਛੱਡ ਲਵਾਂਗੇ ਜਿੰਨੀ ਜਿੰਨੀ ਆਪਾਂ ਲੈਸ ਲਾਉਣੀ ਆ। ਅਤੇ ਲੈਸ ਲਾਉਣ ਤੋਂ ਬਾਅਦ ਉਹ ਆਪਾਂ ਪੀਸ ਨੂੰ ਪ੍ਰੋਪਰ ਜੋੜ ਲਵਾਂਗੇ। ਇਸ ਤਰੀਕੇ ਨਾਲ ਆਪਾਂ ਇਹਨੂੰ ਜੋੜ ਲੈਣਾ। ਮਨ ਜਾਂ ਮੇਰਾ ਦਿਲ ਵੀ। ਅੱਛਾ ਇੱਕ ਚੀਜ਼ ਹੋਰ ਯਾਰ, ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਕਰਨੀ ਸੀ, ਕੋਸ਼ਿਸ਼ ਕਰਿਓ ਦੀਵਾਲੀ 'ਤੇ ਘੱਟ ਤੋਂ ਘੱਟ ਪਟਾਕੇ ਚਲਾਉਣ ਦੀ, ਕਿਉਂਕਿ ਆਲਰੇਡੀ ਇੱਥੇ ਜਿਹੜੇ ਦਰੱਖਤ ਬਹੁਤ ਜ਼ਿਆਦਾ ਵੱਡੇ ਗਏ ਆ ਅਤੇ ਪੋਲਿਊਸ਼ਨ ਬਹੁਤ ਜ਼ਿਆਦਾ ਹੋਜੂ ਪਟਾਕਿਆਂ ਨਾਲ। ਆਹ ਦੇਖੋ ਜੀ ਇਸ ਤਰੀਕੇ ਨਾਲ ਆਪਣਾ ਜੁੜ ਚੁੱਕਿਆ ਜੀ, ਅਤੇ ਜਿਹੜੀ ਲਾਈਨਿੰਗ ਦੀ ਕਟਿੰਗ ਕਰਨੀ ਹੋਵੇ ਤੁਹਾਨੂੰ ਦੱਸ ਦਿੰਦਾ ਆਪਾਂ ਕਿਵੇਂ ਕਰਨੀ। ਹੁਣ ਇਹਦੇ ਥੱਲੇ ਆਪਾਂ ਲਾਉਣੀ ਹੈ ਲਾਈਨਿੰਗ, ਸਿੰਪਲ ਲਾਈਨਿੰਗ ਨੂੰ ਉਸੇ ਤਰੀਕੇ ਨਾਲ ਚਾਰੇ ਪੱਲੇ ਦੇ ਤਹਿ, ਮਤਲਬ ਜਿਹੜੇ ਇਹਨੂੰ ਡਬਲ ਫੋਲਡ ਕਰ ਲਓ ਪ੍ਰੋਪਰ ਤਰੀਕੇ ਨਾਲ, ਬਰਾਬਰ ਵਿਛਾ ਲਿਓ, ਅਤੇ ਸੈਂਟਰ 'ਚੋਂ ਆਪਾਂ ਇਹਦੀ ਕਟਿੰਗ ਕਰਾਂਗੇ ਜਿਹੜੀ ਲਾਈਨਿੰਗ ਦੀ ਉਹ ਪ੍ਰੋਪਰ ਤਰੀਕੇ ਨਾਲ ਦੀ ਕਟਿੰਗ ਕਰ ਲਵਾਂਗੇ। ਪ੍ਰੋਪਰ ਤਰੀਕੇ ਨਾਲ ਪਹਿਲਾਂ ਸੈਂਟਰ ਕਰ ਲਿਓ, ਜੇ ਇਹ ਨਾ ਹੋਵੇ ਕਿਤੇ ਸੈਂਟਰ ਬਾਅਦ ਘੱਟ ਹੋ ਜਾਵੇ, ਬਾਅਦ 'ਚ ਲਾਈਨਿੰਗ ਥੱਲੇ ਤੁਹਾਡੀ ਕਦੀ ਵਧੀ ਜਾਵੇ ਕਿਤੇ ਘਟੀ ਜਾਵੇ, ਬਾਅਦ ਤੁਹਾਡੇ ਤੋਂ ਫੋਲਡਿੰਗ ਪ੍ਰੋਪਰ ਨਾ ਹੋਵੇ, ਕਿਉਂਕਿ ਜੇ ਕਟਿੰਗ ਪ੍ਰੋਪਰ ਹੋਊਗੀ ਫੇਰ ਹੀ ਸਟਿਚਿੰਗ ਪ੍ਰੋਪਰ ਹੋਊਗੀ। ਆਹ ਦੇਖੋ ਜੀ ਇਹਨੂੰ ਆਪਾਂ ਸੈਂਟਰ 'ਚੋਂ ਵੱਢ ਦੇਣਾ, ਅਤੇ ਇਹਨੂੰ ਫੋਲਡ ਕਰ ਲਓ ਇੱਦਾਂ ਕਰਕੇ, ਇਹਨੂੰ ਫੋਲਡ ਕਰ ਲਿਓ, ਤਸੱਲੀ ਨਾਲ ਫੋਲਡ ਕਰ ਲਿਓ, ਕਿਤੇ ਵੱਧ ਘੱਟ ਨਾ ਰਹਿ ਜੇ, ਜੇ ਪ੍ਰੈਸ ਪ੍ਰੁੱਸ ਮਾਰਨੀ ਹੈ ਪ੍ਰੈਸ ਪ੍ਰੁੱਸ ਮਾਰ ਲਿਓ,
ਜੇ 4 ਪੈਸੇ ਬਚਾਉਣੇ ਆ ਫਿਰ ਪ੍ਰੈਸ ਨਾ ਮਾਰਿਓ, ਹੱਥ ਨਾਲ ਹੀ ਵਿਛਾ ਵਿਛੂ ਲਿਓ, ਕਿਉਂਕਿ ਆਪਾਂ ਨੂੰ ਪ੍ਰੈਸ ਪ੍ਰੁੱਸ ਵਾਲੇ ਪੈਸੇ ਬਚਣੇ, ਸਿਲਾਈਆਂ ਸਲੂਈਆਂ 'ਚ ਅੱਜ ਕੱਲ੍ਹ ਕਿੱਥੇ ਪੈਸੇ ਬਚਦੇ ਆ। ਆਹ ਦੇਖੋ ਜੀ ਜਿਹੜਾ ਆਪਣੀ ਆ ਪੀਸ ਹੈਗਾ ਇਹਨੂੰ ਇਹਦੇ ਉੱਪਰ ਵਿਛਾ ਲੈਣਾ, ਇਹਨੂੰ ਪ੍ਰੋਪਰ ਉਹਦੇ ਨਾਲ ਉੱਪਰ ਇਹਦੇ ਵਿਛਾ ਕੇ ਇਹਨੂੰ ਜਿਵੇਂ ਫੋਲਡ ਕੀਤਾ ਉਵੇਂ ਆਪਣੀ ਲਾਈਨਿੰਗ ਫੋਲਡ ਹੋਈ ਵੀ ਚਾਰੇ ਪਾਸੇ, ਤੁਹਾਨੂੰ ਦੱਸ ਦਿੰਦਾ ਜੀ ਸਾਂਝੇ ਪਾਸੇ ਵਾਲੇ ਪਾਸੇ ਲਾਈਨਿੰਗ ਰੱਖ ਲਓ ਆਪਣੀ, ਅਤੇ ਇਹਦੇ ਨਾਲ ਬਰਾਬਰ ਕਟਿੰਗ ਨਹੀਂ ਕਰਨੀ ਆਪਾਂ, ਇਹਦੇ ਨਾਲ ਥੋੜ੍ਹੀ ਥੋੜ੍ਹੀ ਵੱਧ ਕਟਿੰਗ ਕਰਨੀ ਆ। ਉਹ ਚੀਜ਼ ਤੁਹਾਨੂੰ ਮੈਂ ਦੱਸਦਾ ਕੀ ਕਹਿੰਦਾ ਪਿਆ ਮੈਂ, ਜਿਵੇਂ ਆਹ ਪ੍ਰੋਪਰ ਇਹਦੇ ਨਾਲ ਵਿਛ ਚੁੱਕਿਆ ਜੀ, ਆਹ ਦੇਖੋ, ਅਤੇ ਜਿਹੜੀ ਆਪਾਂ ਕਟਿੰਗ ਕਰਨੀ ਹੋਊਗੀ ਨਾ ਥੋੜ੍ਹਾ ਜਿਹਾ ਇਹਨੂੰ ਆਪਾਂ ਐਡਜਸਟ ਕਰ ਲਈਏ, ਆਹ ਦੇਖੋ ਆਹ ਪ੍ਰੋਪਰ ਤਰੀਕੇ ਨਾਲ ਆਹ ਆਪਣੇ ਪੀਸ ਨਾਲ ਪੀਸ ਵਿਛ ਗਿਆ ਉੱਤੇ, ਅਤੇ ਆਹ ਆਪਾਂ ਨਾ ਜਮ੍ਹਾਂ ਨਾਲੋਂ ਨਹੀਂ ਕਟਿੰਗ ਕਰਨੀ, ਆਪਾਂ ਥੋੜ੍ਹੀ ਜਿਹੀ ਵੱਧ ਰੱਖ ਕੇ ਕਟਿੰਗ ਕਰਨੀ ਹੈ, ਫਿਰ ਜਿਹੜਾ ਵੱਧ ਪੀਸ ਹੋਊਗਾ ਇਹਦੇ ਵਿੱਚ ਆਪਾਂ ਦੁਬੋਟਾ ਦੇਵਾਂਗੇ, ਦੁਬੋਟਾ ਮੀਨਸ ਇੱਕ ਚੋਣ ਪਾਵਾਂਗੇ ਜਿਹਦੇ ਨਾਲ ਆਪਣੀ ਲਾਈਨਿੰਗ ਹੈ ਜਿਹੜੀ ਉਹ ਅੰਦਰਲੇ ਪਾਸੇ ਘੱਟ ਨਾ ਜਾਵੇ। ਆਹ ਦੇਖੋ ਇਸ ਤਰੀਕੇ ਨਾਲ ਕਟਿੰਗ ਹੋ ਗਈ ਹੈ, ਜਿਹੜੀ ਆਪਣੀ ਥੋੜ੍ਹੀ ਜਿਹੀ ਗਲਾਈ ਬਣਦੀ ਆ ਇਹਦੀ ਵੀ ਪ੍ਰੋਪਰ ਕਟਿੰਗ ਕਰ ਲਓ, ਅਤੇ ਜਿਨ੍ਹਾਂ ਦੀ ਐਡਰੈਸ ਬਣ ਰਹੀ ਹੈ ਮੈਨੂੰ ਪਤਾ ਉਹ ਵੀਡੀਓ ਉਹਨਾਂ ਨੇ ਵੀ ਜ਼ਰੂਰ ਵੇਖਣਗੇ ਉਹ, ਕਿਉਂਕਿ ਉਹ ਵੀ ਮੇਰੇ ਸਬਸਕ੍ਰਾਈਬਰ ਹੈਗੇ ਆ। ਆਹ ਦੇਖੋ ਜੀ ਲੈਂਥ ਦੇ ਅਕੋਰਡਿੰਗ ਜਿੰਨੀ ਆਪਣੀ ਲੈਂਥ ਬਣੀ ਆ, ਜਿੰਨੀ ਕੁ ਆਪਾਂ ਨੂੰ ਲਾਈਨਿੰਗ ਚਾਹੀਦੀ ਉਨੀ ਲਾਈਨਿੰਗ ਰੱਖ ਕੇ ਥੱਲੋਂ ਲਾਈਨਿੰਗ ਵੱਢ ਲਓ ਸਾਰੀ, ਅਤੇ ਬਾਅਦ 'ਚ ਉਦੋਂ ਬਾਅਦ 'ਚ ਆਪਾਂ ਕੀ ਕਰਾਂਗੇ ਇਹਦੀਆਂ ਸਾਈਡਾਂ ਜੋੜ ਕੇ ਅਤੇ ਜਿਹੜੀ ਆ ਫੋਲਡਿੰਗ ਇਹਦੀ ਕਰ ਦੇਵਾਂਗੇ, ਜਿਵੇਂ ਉਹਦਾ ਪੀਸ ਹੈਗਾ ਲਾਈਨਿੰਗ ਵਾਲਾ। ਹੁਣ ਆਪਾਂ ਇਹਨੂੰ ਜਿਵੇਂ ਆਪਾਂ ਨੋਰਮਲੀ ਆ ਫਰਾਕ ਜੋੜੀ ਸੀ ਸਾਰੀ ਉਸ ਤਰੀਕੇ ਨਾਲ ਜੋੜਾਂਗੇ। ਪਹਿਲਾਂ ਆਪਾਂ ਸਾਈਡਾਂ ਵਾਲੀਆਂ ਸੀਨਾਂ ਮਾਰ ਦੇਵਾਂਗੇ, ਸਾਈਡਾਂ ਵਾਲੀਆਂ ਸੀਨਾਂ ਮਾਰ ਕੇ, ਬੜੀ ਸਲੋਅ ਹੋ ਗਈ ਸਪੀਡ ਜੀ ਯਾਰ, ਇਹ ਤਾਂ ਘੰਟਾ ਲਾ ਦੂ ਇੱਕ ਸੀਨ ਮਾਰਨ 'ਤੇ। ਚਲੋ ਕੋਈ ਨਾ ਥੋੜ੍ਹਾ ਜਿਹਾ ਟਾਈਮ ਵੇਟ ਕਰ ਲਓ, ਸਲੋਅ ਜੀ ਵੇਖ ਲਓ, ਆਪਾਂ ਸਪੀਡ ਤੇਜ਼ ਕਰ ਦਿੰਦੇ ਹਾਂ। ਇਸ ਤਰੀਕੇ ਨਾਲ ਆਪਾਂ ਸਾਈਡਾਂ ਜੋੜ ਦੇਣੀਆਂ ਜੀ, ਅਤੇ ਸਾਈਡਾਂ ਜੋੜਨ ਤੋਂ ਬਾਅਦ ਆਪਾਂ ਕੀ ਕਰਾਂਗੇ ਜਿਹੜੀ ਨਾ ਦੋਨਾਂ ਸਾਈਡ ਪਹਿਲਾਂ ਤੁਸੀਂ ਸਾਈਡਾਂ ਜੋੜਨੀਆਂ, ਬਾਅਦ ਜਿਹੜੀ ਥਰਲੀ ਸਾਈਡ ਹੈ ਜਿਹੜੀ ਉਹਦੀ ਆਪਾਂ ਫੋਲਡਿੰਗ ਕਰਾਂਗੇ, ਜਿਹੜੀ ਆਹ ਥਰਲੀ ਸਾਈਡ ਰਹੇਗੀ। ਇੱਕ ਮਿੰਟ ਕੈਮਰਾ ਬੜਾ ਮੈਨੂੰ ਇਹ, ਆਹ ਦੇਖੋ ਜਿਹੜੀਆਂ ਸਾਈਡਾਂ ਜੋੜ ਚੁੱਕੀਆਂ ਜੀ। ਹੁਣ ਆਹ ਜਿਹੜੀ ਚੀਜ਼ ਆਪਾਂ ਇਹਨੂੰ ਫੋਲਡਿੰਗ ਕਰ ਦੇਵਾਂਗੇ ਬੜੇ ਹੀ ਪਿਆਰੇ ਤਰੀਕੇ ਜਿਹੇ ਨਾਲ, ਸੋਫਟ ਜਿਹੇ ਤਰੀਕੇ ਨਾਲ। ਫਿਰ ਉਦੋਂ ਬਾਅਦ 'ਚ ਆਪਾਂ ਇਹ 'ਚ ਅਟੈਚ ਕਰਾਂਗੇ, ਕਿਵੇਂ ਕਰਨੀ ਉਹ ਵੀ ਦੱਸਦਾ। ਇਸ ਤਰੀਕੇ ਨਾਲ ਆਪਾਂ ਫੋਲਡਿੰਗ ਕਰ ਲੈਣੀ ਆ ਜੀ, ਮਸ਼ੀਨ ਦੀ ਫੁੱਲ ਭਜਾ ਦਿਆ ਕਰੋ, ਮਸ਼ੀਨ ਨੂੰ ਸਲੋਅ ਨਾ ਚਲਾਇਆ ਕਰੋ, ਜਿਹੜੇ ਕੰਮ ਪਤਾ ਵੀ ਸਿੱਧੀਆਂ ਸੀਨਾਂ ਮਾਰਨੀਆਂ ਭਜਾ ਕੇ ਕਰ ਲਿਆ ਕਰੋ। ਆਹ ਦੇਖੋ ਜੀ ਇਸ ਤਰੀਕੇ ਨਾਲ ਆਪਣੀਆਂ ਸੀਨ ਲੱਗ ਚੁੱਕੀ ਆ, ਇਹਨੂੰ ਲਾਈਨਿੰਗ ਨੂੰ ਆਪਾਂ ਕਿਵੇਂ ਉਹਦੇ ਨਾਲ ਅਟੈਚ ਕਰਨਾ ਇਹ ਵੀ ਤੁਹਾਨੂੰ ਇੱਕ ਵਾਰੀ ਆਈਡੀਆ ਦਿੰਦਾ। ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਉਹਦੇ ਥੱਲੇ ਕੰਮ ਕਰਨਾ ਲੈਸ ਵਗੈਰਾ ਲਾਉਣੀ ਆ ਉਹ ਲਾ ਕੇ ਉਸ ਤੋਂ ਬਾਅਦ ਲਾਈਨਿੰਗ ਅਟੈਚ ਕਰਾਂਗੇ। ਤੁਹਾਨੂੰ ਮੋਟਾ ਹਿਸਾਬ ਦੱਸਦਾ ਕਰੀ, ਜਿਵੇਂ ਮੰਨ ਕੇ ਚੱਲੋ ਆ ਥੋੜ੍ਹੀ ਸਾਈਡ ਇਹਨੂੰ ਖੋਲ੍ਹ ਲਿਆ ਆਪਾਂ ਜੀ, ਅਤੇ ਇਹ ਆਪਾਂ ਲਾਈਨਿੰਗ ਲਾਵਾਂਗੇ ਇਹਦੇ ਪੁੱਠੇ ਪਾਸੇ, ਅਤੇ ਆਪਾਂ ਲਾਈਨਿੰਗ ਵਾਲਾ ਜਿਹੜਾ ਪੀਸ ਬਣਾਇਆ ਸੀ ਉਹਨੂੰ ਆਪਾਂ ਸੈਂਟਰ 'ਚ ਖੋਲ੍ਹ ਲੈਣਾ, ਅਤੇ ਜਿਹੜਾ ਆਪਣਾ ਇਹ ਪੀਸ ਆ ਇਹਦੀ ਅੰਦਰਲੀ ਸਾਈਡ ਕੱਢ ਲੈਣਾ। ਕਿੱਧਰ ਗਿਆ ਮੇਰਾ ਹੱਥ, ਉਲਝ ਗਿਆ। ਆਹ ਦੇਖੋ ਜੀ ਆਹ ਤਰੀਕੇ ਨਾਲ ਤੁਸੀਂ ਬਣਾਇਓ, ਅਤੇ ਲਾਈਨਿੰਗ ਆਪਣੀ ਸਿੰਪਲ ਅਟੈਚ ਹੋ ਜੂਗੀ। ਇਸ ਤੋਂ ਬਾਅਦ ਇਹਦੇ ਉੱਪਰ ਆਪਾਂ ਬੈਲਟ ਲਾ ਦੇਵਾਂਗੇ, ਮਤਲਬ ਜਿਹੜੇ ਤੁਸੀਂ ਆ ਸੈਂਟਰ ਪੁਆਇੰਟ ਤੁਹਾਡਾ ਬਣਦਾ ਉਸ ਤਰੀਕੇ ਨਾਲ ਇਹਨੂੰ ਵਿਛਾ ਲਿਓ ਜੇ, ਅਤੇ ਜਿਹੜਾ ਆਪਾਂ ਵੱਧ ਰੱਖਿਆ ਸੀਗਾ ਉਹਦਾ ਆਪਾਂ ਸੈਂਟਰ ਦੇ ਵਿੱਚ ਇੱਕ ਇੱਕ ਦੁਬੋਟਾ ਦੇਵਾਂਗੇ, ਜਿਵੇਂ ਇੱਧਰ ਹੋ ਗਈ ਚੋਣ, ਅਤੇ ਸੇਮ ਇੱਕ ਚੋਣ ਪੈ ਜੂਗੀ ਆਪਣੀ ਬੈਕ ਸਾਈਡ 'ਤੇ। ਫਿਰ ਇਹ ਆਪਣੀ ਲਾਈਨਿੰਗ ਆਪਣੇ ਫਰੰਟ ਜਿਹੜਾ ਪੀਸ ਆਪਣਾ ਰੈਡੀ ਕਰਨਾ ਉਹਦੇ ਬਰਾਬਰ ਤੱਕ ਆ ਜੂਗੀ ਲਾਈਨਿੰਗ। ਫਿਰ ਇਹਦੇ ਉੱਪਰ ਜਿਹੜਾ ਹੋਊਗਾ ਆਪਣਾ ਐਕਸਟਰਾ ਬੈਲਟ ਬੁਲਟ ਪੈਣਾ ਉਹ ਪੈ ਜੂਗਾ, ਬੈਲਟ ਨਹੀਂ ਕਹਿ ਸਕਦੇ ਮਤਲਬ ਜਿਹੜਾ ਆਪਾਂ ਉੱਪਰ ਲਾਸਟਿਕ ਬਣਾਉ ਪਾਵਾਂਗੇ। ਜੇ ਬੈਲਟ ਪਾਉਣਾ ਉਹਦੇ ਵਾਸਤੇ ਚੋਣਾਂ ਹੋਰ ਤਰੀਕੇ ਨਾਲ ਕੱਟਣੀਆਂ ਪੈਂਦੀਆਂ, ਕਿਉਂਕਿ ਉਹਦੇ ਵਾਸਤੇ ਚੋਣਾਂ ਫਿਰ ਪੂਰੀਆਂ ਕੱਟਣੀਆਂ ਪੈਂਦੀਆਂ ਜੀ, ਉਹਦਾ ਤਰੀਕਾ ਥੋੜ੍ਹਾ ਜਿਹਾ ਅਲੱਗ ਹੁੰਦਾ। ਅਤੇ ਇਹਨੂੰ ਆਪਾਂ ਸਿੰਪਲ ਫੋਲਡ ਕਰਕੇ ਇਹਦੇ ਥੱਲੇ ਆਪਾਂ 4 ਗੁੱਛੀ ਵਾਲੀ ਲੈਸ ਲਾਉਣੀ ਆ ਜੀ, ਉਹ ਵੀ ਤੁਹਾਨੂੰ ਦੱਸਦਾ ਆਪਾਂ ਕਿਵੇਂ ਲਾਉਣੀ ਆ। ਜਿਹੜਾ ਆਪਾਂ ਥੱਲੋਂ ਘੇਰਾ ਸੀਗਾ ਜੀ ਆਪਣੀ ਸਕਲਟ ਵਾਲਾ ਸਕਲਟ ਦਾ, ਉਹਨੂੰ ਆਪਾਂ ਫੋਲਡ ਕਰ ਲਿਆ ਜੀ ਸਿੰਪਲ ਇਸ ਤਰੀਕੇ ਨਾਲ। ਤੁਸੀਂ ਚਾਹੋ ਤਾਂ ਥੱਲੇ ਬੁਕਰਮ ਵੀ ਲਾ ਸਕਦੇ ਹੋ, ਬੁਕਰਮ ਵਾਲਾ ਜਿਹੜੀ ਪੱਟੀ ਆਪਾਂ ਲਾਉਂਦੇ ਹਾਂ ਥੋੜ੍ਹੀ ਜਿਹੀ ਹਾਰਡ ਹੋ ਜਾਂਦੀ ਆ, ਪਰ ਜੇ ਤੁਸੀਂ ਇਸ ਤਰੀਕੇ ਨਾਲ ਇਕੱਲੀ ਸੀਨ ਲਾਓਗੇ ਤਾਂ ਥੋੜ੍ਹੀ ਸੋਫਟ ਰਹੂਗੀ ਅਤੇ ਜਿਹੜੀ ਇਹਦੀ ਫਲੇਅਰ ਆ ਬਹੁਤ ਜ਼ਿਆਦਾ ਪਿਆਰੀ ਬਣੂਗੀ। ਹੁਣ ਆਪਾਂ ਕੀ ਕਰਾਂਗੇ ਜੀ ਇਹਦੇ 'ਤੇ ਲਾਉਣੀ ਆ ਆਪਾਂ ਲੈਸ, ਤੁਸੀਂ ਇੱਕ ਮੋਟੀ ਚੌੜੀ ਲੈਸ ਵੀ ਲਾ ਸਕਦੇ ਹੋ, ਆਪਾਂ ਇਹਦੇ 'ਤੇ ਲਾਉਣੀ ਆ ਜੀ ਬਰੀਕ ਜਿਹੜੀ ਆਪਣੀ ਗੁੱਛੀ ਵਾਲੀ ਲੈਸ ਹੁੰਦੀ ਆ, ਉਹ ਤੁਹਾਨੂੰ ਦੱਸਦਾ ਕਿਹੜੀ ਲੈਸ ਹੁੰਦੀ ਹੈ ਅਤੇ ਆਪਾਂ ਕਿਵੇਂ ਕਿਵੇਂ ਲਾਉਣੀ ਆ। ਸਭ ਤੋਂ ਪਹਿਲਾਂ ਇਹਨੂੰ ਜਿਹੜੇ ਤੁਸੀਂ ਉਹ ਕਿਨਾਰੀ ਲੱਭ ਲਓ ਜਿੱਥੋਂ ਤੁਸੀਂ ਇਹਨੂੰ ਰੱਖ ਕੇ ਸ਼ੁਰੂ ਕਰਨਾ, ਅਤੇ ਜਦੋਂ ਆਪਾਂ ਲਾਉਣੀ ਆ ਲਾਉਣੀ ਵੀ ਆਪਾਂ ਬਿਲਕੁਲ ਜਿਹੜੀ ਸੀਨ ਲਾਈ ਉਹਦੇ ਉੱਪਰ ਉੱਪਰ ਆ। ਆਹ ਦੇਖੋ ਜੀ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਗੁੱਛੀ ਲੈਸ, ਆ ਫੋਕਸ ਕਰੀਏ, ਹਾਂ ਪੂਰੀ ਫੋਕਸ ਹੋ ਗਈ। ਆਹ ਦੇਖੋ ਜਿਹੜੀ ਇਹ ਵਾਲੀ ਗੁੱਛੀ ਲੈਸ ਹੁੰਦੀ ਹੈ ਇਹ ਲਾਉਣ ਦਾ ਤੁਹਾਨੂੰ ਮੈਂ ਤਰੀਕਾ ਦੱਸ ਦਿੰਦਾ। ਮੋਸਟਲੀ ਕੀ ਕਰਦੇ ਆ ਸਾਰੇ ਜਾਣੇ ਬਿਲਕੁਲ ਕੰਨੀ ਤੋਂ ਸ਼ੁਰੂ ਕਰ ਲੈਂਦੇ ਥੱਲੋਂ, ਉੱਥੋਂ ਨਹੀਂ ਲਾਉਣੀ ਆਪਾਂ, ਲਾਉਣੀ ਆ ਉੱਥੇ ਜਿੱਥੇ ਆਪਣੀ ਸੀਨ ਲੱਗੀ ਹੋਈ ਆ, ਜਿਹਦੇ ਨਾਲ ਕਿ ਜਿਹੜੀ ਆਪਣੀ ਗੁੱਛੀ ਵਾਲੀ ਲੈਸ ਆ ਆਪਣੀ ਸੀਨ ਨੂੰ ਕਵਰ ਕਰ ਲਵੇ। ਅਤੇ ਇਸ ਤਰ੍ਹਾਂ ਸਿੰਪਲ ਤਰੀਕੇ ਨਾਲ ਤੁਸੀਂ ਬਿਲਕੁਲ ਰੱਖ ਕੇ ਲਾਉਣੀ ਹੈ ਜੀ, ਅਤੇ ਜਿਹੜੀ ਸੀਨ ਤੁਸੀਂ ਲਾਓਗੇ ਨਾ ਅਤੇ ਉਹ ਚੀਜ਼ ਦਾ ਧਿਆਨ ਰੱਖ ਲਓ, ਜਿਹੜਾ ਧਾਗਾ ਤੁਸੀਂ ਚੇਂਜ ਕਰ ਲਿਓ ਇਹ ਨਾ ਹੋਵੇ ਕਿਤੇ ਧਾਗਾ ਤੁਸੀਂ ਉੱਤੇ ਪਿੰਕ ਜਾਂ ਜਿਹੜਾ ਵੀ ਤੁਸੀਂ ਕਲਰ ਦੀ ਚੀਜ਼ ਬਣਾਈ ਨੇ ਉਹੀ ਲਾ ਦਿਓ, ਇਹਦੇ ਉੱਪਰ ਤੁਸੀਂ ਜਿਹੜਾ ਧਾਗਾ ਲਾਉਣਾ ਉੱਪਰਲੀ ਸਾਈਡ
ਅਤੇ ਇਸ ਤਰ੍ਹਾਂ ਕਰਕੇ ਸਾਰੀ ਆਪਾਂ ਸੀਨ ਉੱਤੇ ਰੱਖ ਰੱਖ ਕੇ ਲੈਸ ਲਾ ਦੇਣੀ ਆ। ਸੇਮ ਇਸੇ ਤਰੀਕੇ ਨਾਲ ਤੁਹਾਨੂੰ ਦੱਸਦਾ ਜਿਹੜੇ ਅਗਲੀ ਆਪਾਂ ਲੈਸ ਲਾਵਾਂਗੇ ਉਹ 2 ਇੰਚ ਜਾਂ 1.25 ਇੰਚ ਛੱਡ ਕੇ ਸੇਮ ਇਸੇ ਤਰੀਕੇ ਨਾਲ ਹੀ ਸਿੱਧੀ ਸਿੱਧੀ ਲੈਸ ਲਾਵਾਂਗੇ। ਆਹ ਦੇਖੋ ਜੀ ਇੱਕ ਆ ਲੱਗ ਚੁੱਕੀ ਹੈ ਜਿਹਦੇ ਨਾਲ ਆਪਣੀ ਜਿਹੜੀ ਸੀਨ ਆ ਉਹ ਕਵਰ ਹੋ ਚੁੱਕੀ ਆ, ਨਾਲੇ ਤਾਂ ਸੀਨ ਨਹੀਂ ਦਿੰਦੀ ਅਤੇ ਨਾਲੇ ਹੁਣ ਡਿਜ਼ਾਇਨ ਹੋ ਗਿਆ ਜੀ। ਹੁਣ ਜਿਹੜੀ ਆਪਾਂ ਜਿਹੜੀ ਲਾਈ ਤੁਹਾਨੂੰ ਦੱਸ ਦਿੰਦੇ ਇਹਦੇ ਨਾਲ ਵੇਖੋ, ਜੇ ਆਪਾਂ ਜਮ੍ਹਾਂ ਥੱਲੇ ਲਾ ਆਉਂਦੇ ਫਿਰ ਜਿਹੜੀ ਆਪਣੀ ਜਿਹੜੀ ਥਰੜੀ ਸੀਨ ਹੈਗੀ ਆ ਉਹ ਉੱਪਰ ਦਿਸਣ ਲੱਗ ਪੈਣੀ ਸੀ। ਹੁਣ ਆਪਾਂ ਕੀ ਕਰਾਂਗੇ ਜੀ, 1 ਇੰਚ 1.25 ਇੰਚ ਛੱਡ ਕੇ ਇੱਕ ਹੋਰ ਲੈਸ ਲਾਵਾਂਗੇ ਆਪਾਂ ਇਸੇ ਤਰੀਕੇ ਨਾਲ। ਆਪਾਂ ਜਿਹੜੀਆਂ 3-4 ਲੈਸਾਂ, ਤੁਸੀਂ 4 ਲਾਉਣੀਆਂ, 5 ਲਾਉਣੀਆਂ, 10 ਲਾਉਣੀਆਂ, 50 ਲਾਉਣੀਆਂ, ਜਿੰਨੀਆਂ ਮਰਜ਼ੀ ਲਾ ਲਓ, ਬਸ ਇੱਕੋ ਸਪੇਸ 'ਤੇ ਰੱਖ ਕੇ ਲਾਓ। ਲੱਗੀਆਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ। ਅਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ, ਇਹ ਲਾਉਣ ਜਦੋਂ ਲਾਉਣ ਦਾ ਤਰੀਕਾ ਕੀ ਆ, ਇਹ ਜਦੋਂ ਵੀ ਲਾਓ ਤੁਸੀਂ ਅੱਗੇ ਹੱਥ ਰੱਖ ਕੇ ਸੀਨ ਨੂੰ ਖਿੱਚਣਾ ਬਹੁਤ ਜ਼ਰੂਰੀ ਆ। ਜੇ ਨਾ ਖਿੱਚੋਗੇ ਤਾਂ ਤੁਹਾਡੀ ਇਹ ਲੈਸ ਇਕੱਠੀ ਹੋਣ ਲੱਗ ਜੂਗੀ। ਅਤੇ ਸਾਰੀਆਂ ਇਸੇ ਤਰੀਕੇ ਨਾਲ ਲਾਉਣੀਆਂ। ਦੇਖੋ ਜੀ ਆਹ ਸਾਰੀਆਂ ਲੈਸਾਂ ਆਪਣੀਆਂ ਲੱਗ ਚੁੱਕੀਆਂ, ਜਿਹੜੀਆਂ 4 ਅਸੀਂ ਲਾਉਣੀਆਂ ਸੀਗੀਆਂ ਜੀ, 4 ਨੀਚੇ ਘੇਰੇ 'ਤੇ ਲੱਗ ਚੁੱਕੀਆਂ ਜੀ। ਆਹ ਸੈਂਟਰ ਆਪਣਾ ਜੁਆਇੰਟ ਆ, ਜੁਆਇੰਟ ਵੇਖੋ ਤੁਸੀਂ ਪ੍ਰੋਪਰ ਇੱਕੋ ਤਰੀਕੇ ਨਾਲ ਵਹਿਜੂ, ਪਤਾ ਹੀ ਨਹੀਂ ਲੱਗਦਾ ਵੀ ਜੋੜ ਇੱਥੇ ਹੈਗਾ ਸੀਗਾ ਕਿ ਨਹੀਂ ਹੈਗਾ ਸੀ। ਹੁਣ ਕੀ ਕਰਨਾ ਆਪਾਂ ਜੀ, ਇਹਦੇ ਉੱਪਰ ਆਪਾਂ ਜਿਹੜਾ ਵੇਖੋ ਪਹਿਲਾਂ ਤੁਸੀਂ ਚੱਕ ਕੇ ਵੇਖੋ, ਇਹਦੀ ਪੂਰੀ ਇਸ ਤਰੀਕੇ ਨਾਲ ਫਲੇਅਰ ਬਣੂਗੀ ਕਲੀਆਂ ਵਾਲੇ ਦੀ। ਅਤੇ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਜੀ, ਇਹਦੇ ਉੱਪਰ ਲਾਈਨਿੰਗ ਵੀ ਅਟੈਚ ਕਰਨੀ ਹੈ ਅਤੇ ਫਿਰ ਬੈਲਟ ਵੀ ਪਾਉਣੀ ਆ। ਆਹ ਦੇਖੋ ਇਸ ਤਰੀਕੇ ਨਾਲ ਲਾਈਨਿੰਗ ਜਿਹੜੀ ਤੁਸੀਂ ਆ ਸੀਨ ਮਾਰ ਲੈਣੀ ਆ, ਨਾਲ ਅਟੈਚ ਜਿਵੇਂ ਤੁਹਾਨੂੰ ਦੱਸਿਆ ਸੀ ਸੈਂਟਰ ਦੁਪੋਟਾ ਦੇ ਕੇ ਉਵੇਂ ਹੀ ਲਾਉਣੀ ਆ। ਅਤੇ ਇਸ ਤੋਂ ਬਾਅਦ 'ਚ ਤੁਸੀਂ ਆਹ ਜਿਹੜਾ ਹੈਗਾ ਤੁਹਾਡਾ ਫਲੇਅਰ ਪੂਰਾ ਬਣਿਆ ਹੋਇਆ ਇਹਨੂੰ ਮਿਲ ਲੈਣਾ ਤੁਸੀਂ, ਅਤੇ ਜਿੰਨਾ ਇਹ ਹੋਊਗਾ ਉਨੀ ਆਪਾਂ ਬੈਲਟ ਰੈਡੀ ਕਰਾਂਗੇ ਅਤੇ ਫਿਰ ਇਹਦੀ ਬੈਲਟ ਆਪਾਂ ਪਾਵਾਂਗੇ। ਆਹ ਦੇਖੋ ਜੀ ਜੋ ਕਿਹਾ ਉਹ ਕੀਤਾ, ਪਾਣੀ 'ਚ ਲਾਤਾ ਪੀਪਾ। ਆਹ ਦੇਖੋ ਆਹ 20 ਇੰਚ ਰੈਡੀ ਰਹਿ ਜੂਗਾ ਜੀ, ਠੀਕ ਹੈ ਜੀ। ਆਪਾਂ 24 ਕੱਟਿਆ ਸੀਗਾ ਅਤੇ ਜਿਹੜੀਆਂ ਕਲੀਆਂ 4-4 ਇੰਚ ਦੀਆਂ ਕੱਟੀਆਂ ਦਬਾਅ ਵਿੱਚ ਆ ਗਿਆ, ਟੋਟਲੀ ਉਸ ਤੋਂ ਬਾਅਦ 20 ਰਹਿ ਗਿਆ ਜੀ। ਅਤੇ ਇਸ ਤੋਂ ਬਾਅਦ ਜਿਹੜਾ ਆਪਾਂ ਬੈਲਟ ਦੀ ਕਟਿੰਗ ਕਰਾਂਗੇ ਉਹ ਕੱਟਾਂਗੇ ਆਪਾਂ 20 ਤੋਂ ਥੋੜ੍ਹਾ 1.5 ਇੰਚ ਵੱਧ, ਕਿਉਂਕਿ ਇੱਕ ਸੀਨ ਮਾਰ ਕੇ ਆਪਾਂ ਬੈਲਟ ਨੂੰ ਪੂਰਾ ਰਾਊਂਡ ਬਣਾ ਲਵਾਂਗੇ, ਉਹ ਤੁਹਾਨੂੰ ਦੱਸਦਾ ਕਿਵੇਂ। ਅਤੇ ਜਿਹੜੀ ਆਪਾਂ ਬੈਲਟ ਰੱਖਣੀ ਹੋਊਗੀ ਉਹ ਆਪਾਂ ਬੈਲਟ ਰੱਖਾਂਗੇ ਆਪਾਂ ਤਕਰੀਬਨ 4 ਇੰਚ ਦੀ, ਮਤਲਬ 4 ਇੰਚ ਚੌੜੀ ਰੱਖਾਂਗੇ, ਜਿਹਦੇ ਵਿੱਚ ਆਪਣਾ ਲਾਸਟਿਕ ਉਹ ਘੁੰਮ ਜੂਗਾ ਆਰਾਮ ਨਾਲ, ਲਾਸਟਿਕ ਉਹ 'ਚ ਪੈ ਜੂਗਾ। ਆਹ ਪੂਰਾ ਪੂਰਾ ਪੀਸ ਵੇਖੋ ਆਪਣਾ 1.5 ਹੈਗਾ ਜੀ, ਅਤੇ ਆਪਾਂ ਇਹਦੀ ਪ੍ਰੋਪਰ 4 ਇੰਚ ਦੀ ਫੱਟੀ ਇੱਕ ਕਟਿੰਗ ਕਰ ਲਵਾਂਗੇ ਜਿਹਦੇ ਨਾਲ ਆਪਣੀ ਬੈਲਟ ਇਹਦੀ ਪੈ ਜੂਗੀ ਆਰਾਮ ਨਾਲ। ਪਹਿਲਾਂ ਜਿਹੜੀ ਇਹਦੀ ਵਾਧ ਘਾਟ ਹੋਊਗੀ ਉਹਨੂੰ ਪ੍ਰੋਪਰ ਜਮ੍ਹਾਂ ਸਿੱਧਾ ਕਰ ਲਿਓ, ਇਹ ਨਾ ਹੋਵੇ ਵਲ ਪੈਂਦੇ ਹੁਣ ਰੇਵ ਹੋਵੇ ਘੁੰਮੀ ਚੱਲੇ ਤੁਹਾਡੇ ਤੋਂ ਬਾਅਦ 'ਚ ਬੈਲਟ ਹੀ ਨਾ ਪਵੇ, ਅਤੇ ਆਪਦੇ ਆ ਲਹਿੰਗੇ ਜੇ ਤਾਂ ਜਲੂਸ ਕੱਢ ਲਓ। ਆਹ ਦੇਖੋ ਜੀ ਆਹ 2 ਇੰਚ ਹੋ ਗਿਆ, ਡਬਲ ਹੋ ਗਈ, ਅਤੇ ਬਸ ਸਿੰਗਲ ਕਰਾਂਗੇ ਤਾਂ 4 ਇੰਚ ਭੰਜਣੀ ਆ। ਚਾਹ ਪਿਆ ਦੇ ਲਿਆ। ਹੁਣ ਜੀ ਆਪਾਂ ਇਸ ਜਗ੍ਹਾ ਤੋਂ ਕਟਿੰਗ ਕਰ ਲੈਣਾ, 4 ਇੰਚ ਦਾ ਪੀਸ ਹੋ ਗਿਆ ਆਪਣਾ ਇਹ ਬੈਲਟ ਵਾਲਾ ਜਿਹਦੇ ਵਿੱਚ ਆਪਾਂ ਲਾਸਟਿਕ ਪਾਵਾਂਗੇ। ਅਤੇ ਵੇਖੋ ਜੀ ਇਸ ਤਰ੍ਹਾਂ ਕਰਕੇ ਖੋਲ੍ਹ ਲੈਣਾ, ਫਿਰ ਇਹਨੂੰ ਆਪਾਂ ਕੀ ਕਰਾਂਗੇ ਜਿੱਥੋਂ ਆਪਾਂ ਖੋਲ੍ਹਿਆ ਇਹਨੂੰ ਸੈਂਟਰ ਵਿੱਚੋਂ ਆਪਾਂ ਜੋੜ ਲੈਣਾ। ਸੈਂਟਰ ਵਿੱਚੋਂ ਕਿੱਥੋਂ ਜੋੜਨਾ ਇਹ ਵੀ ਤੁਹਾਨੂੰ ਮੈਂ ਦੱਸਦਾ। ਦੇਖੋ ਆਪਣੀ ਬੈਲਟ ਹੋ ਗਈ, ਆਹ ਪੀਸ ਇਸ ਜਗ੍ਹਾ ਰੱਖ ਕੇ ਆਪਾਂ, ਅਤੇ ਇਹਨੂੰ ਫਿਰ ਆਪਾਂ ਪਲਟਾ ਲਵਾਂਗੇ ਇੱਦਾਂ ਇਸ ਤਰ੍ਹਾਂ, ਅਤੇ ਆਪਾਂ ਪੂਰੇ ਦੇ ਵਿੱਚ ਇਹਨੂੰ ਲਾਸਟਿਕ ਘੁਮਾ ਦੇਵਾਂਗੇ, ਇਹ ਤੁਹਾਨੂੰ ਦੱਸਦਾ ਕਿਵੇਂ। ਆਹ ਦੇਖੋ ਪਹਿਲਾਂ ਇਹਨੂੰ ਸੈਂਟਰ 'ਚੋਂ ਜੋੜ ਲਿਓ ਬੈਲਟ ਨੂੰ, ਬੈਲਟ ਆਪਣਾ ਰਾਊਂਡ ਬਣ ਜੂਗਾ। ਆਹ ਜੁੜ ਗਿਆ ਇਸ ਤਰ੍ਹਾਂ ਕਰਕੇ, ਰਾਊਂਡ ਆਪਣਾ ਬੈਲਟ ਬਣ ਗਿਆ। ਉਦੋਂ ਬਾਅਦ 'ਚ ਆਪਾਂ ਪੀਸ ਰੱਖ ਕੇ ਪਾਵਾਂਗੇ ਇੱਧਰੋਂ, ਇਸ ਪਾਸੇ ਰੱਖ ਕੇ ਇਹਨੂੰ ਆਪਾਂ ਜੋੜ ਲਵਾਂਗੇ ਸਿੱਧਾ ਇੱਕ ਪਾਸੇ। ਪਹਿਲਾਂ ਸੀਨ ਲਾ ਲਵਾਂਗੇ ਅਤੇ ਬਾਅਦ 'ਚ ਪਹਿਲਾਂ ਇਹਨੂੰ ਪਲਟਾ ਦਾਂਗੇ। ਆਹ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਪਲਟਾ ਲਵਾਂਗੇ, ਸੀਨ ਲਵਾਂਗੇ ਪਹਿਲਾਂ ਲਾ ਕੇ ਪੈਗ 4 ਮੁੱਦਾ ਪੇ ਆ ਯਾਰ, ਫੱਕਰਾਂ ਦੀ ਜ਼ਿੰਦਗੀ 'ਚੋਂ ਜਾਲੀ ਬੰਦੇ ਬਾਹਰ ਨਹੀਂ ਆਏ। ਸੇਮ ਇਸ ਤਰੀਕੇ ਨਾਲ ਆਰਾਮ ਨਾਲ ਜੋੜ ਲਿਓ, ਕੋਈ ਕਾਲੀ ਪੱਤਾ ਨਾ ਕਰਿਓ। ਲੈ ਮੈਂ ਵੀ ਬਾਹਲਾ ਵੱਡਾ ਸਿਆਣਾ ਬੰਦਾ ਸੀ, ਬਹੁਤ ਵੱਡੀ ਗਲਤੀ ਕਰ ਲਈ, ਤੁਹਾਨੂੰ ਦੱਸਦਾ ਕੀ ਗਲਤੀ ਕਰ ਲਈ ਆ। ਆਹ ਹੁਣੇ ਤੁਹਾਨੂੰ 1 ਮਿੰਟ 'ਚ ਹੀ ਪਤਾ ਲੱਗ ਜੂਗੀ ਜਿਹੜੀ ਮੈਂ ਗਲਤੀ ਕਰ ਲਈ ਆ, ਅਤੇ ਤੁਸੀਂ ਗਲਤੀ ਨਾਲ ਵੀ ਇਹ ਗਲਤੀ ਨਾ ਕਰਿਓ, ਕਿਉਂਕਿ ਇੱਦਾਂ ਤੁਸੀਂ ਬੈਲਟ ਪਾਓਗੇ ਤਾਂ ਤੁਹਾਨੂੰ ਬਹੁਤ ਔਖੀ ਪਊਗੀ ਇਹ ਬੈਲਟ। ਉਹੀ ਗੱਲ ਹੈ ਕਈ ਵਾਰੀ ਬਾਹਲਾ ਸਿਆਣਾ ਕਾਂ ਵੀ ਖੂਹ 'ਤੇ ਡਿੱਗ ਪੈਂਦਾ, ਕਿਉਂ ਮੈਂ ਗਲਤੀ ਕਰ ਲਈ ਆ, ਉਦੋਂ ਮੈਂ ਦੱਸਦਾ ਕਿੱਥੇ ਗਲਤੀ ਕੀਤੀ ਆ। ਕਰੀਅਰ ਨੂੰ ਕੰਪਲੀਟ ਕਰ ਲੈਂਦਾ ਪਹਿਲਾਂ ਜਦੋਂ ਤੁਸੀਂ ਇਹਨੂੰ ਇਹਦੇ ਨਾਲ ਜੋੜ ਲਓਗੇ ਨਾ, ਇੱਦੋਂ ਵੀ ਤੁਹਾਨੂੰ ਸੌਖਾ ਤਰੀਕਾ ਦੱਸੂੰਗਾ ਬੈਲਟ ਪਾਉਣ ਦਾ, ਪਊਗਾ ਮਤਲਬ ਇਹਦੇ ਵਾਂਗੂ ਹੀ, ਬਸ ਥੋੜ੍ਹਾ ਜਿਹਾ ਉਲਟ ਪੁਲਟ ਕਰਨੀ ਆ, ਤੁਹਾਨੂੰ ਦੱਸਦਾ ਕਿਵੇਂ। ਟੂਰ
ਆਹ ਦੇਖੋ ਆਹ ਬੀਜ ਵੇਖੋ, ਜਿਵੇਂ ਹੁਣ ਆਹ ਬੀਟ ਆਪਾਂ ਐਂ ਜੋੜ ਲਿਆ, ਇਹ ਆਪਾਂ ਸਿੱਧੇ ਪਾਸੇ ਰੱਖ ਕੇ ਜੋੜ ਲਿਆ, ਹੁਣ ਜਦੋਂ ਆਪਾਂ ਦੂਜੇ ਪਾਸੇ ਉਲਟਾਵਾਂਗੇ ਨਾ ਤਾਂ ਇਹ ਸੀਨ ਲਾਉਣ 'ਚ ਬਹੁਤ ਦਿੱਕਤ ਆਊ, ਕਿਉਂਕਿ ਆਪਾਂ ਸਿੱਧੇ ਪਾਸੇ ਫਿਨਿਸ਼ਿੰਗ ਜ਼ਿਆਦਾ ਦੇਣੀ ਹੁੰਦੀ ਆ। ਹੁਣ ਜਦੋਂ ਆਹ ਪੀਸ ਆਪਾਂ ਇਸ ਤਰੀਕੇ ਨਾਲ ਇਹਨੂੰ ਪਲਟਣਾ ਅਤੇ ਆਹ ਮੁੱਦਾ ਪਾਸਾ ਤਾਂ ਆਪਾਂ ਨੂੰ ਦਿਸਣਾ ਹੀ ਨੀਗਾ, ਇਸ ਪਾਸੇ ਆਪਾਂ ਨੂੰ ਪਤਾ ਨਹੀਂ ਲੱਗਣਾ ਸੀਨ ਕਿੱਥੇ ਵੱਜਦੀ ਵੀ ਕਿਤੇ ਨਹੀਂ, ਕਿਉਂਕਿ ਆਪਾਂ ਤਾਂ ਇਹਦੀ ਕੰਨੀ ਕੰਨੀ 'ਤੇ ਸੀਨ ਲਾਉਣੀ ਆ। ਇਹ ਆਪਾਂ ਕੀਤੀ ਇਹਦੀ ਗਲਤੀ, ਹੁਣ ਇੱਕ ਵਾਰੀ ਓਕੇ ਸੋਕੇ ਸੀਨ ਇਹ 'ਤੇ ਲਾ ਲੈਂਦੇ ਹਾਂ, ਬਾਅਦ ਤੁਹਾਨੂੰ ਦੂਜੇ ਤਰੀਕੇ ਨਾਲ ਵੀ ਲਾ ਕੇ ਦੇਖੋ ਨਾ ਹੋਰ ਸਕਲਟ 'ਤੇ ਵੀ ਉਹ ਸੀਨ ਆਪਾਂ ਕਿਵੇਂ ਲਾਉਣੀ ਆ। ਆਹ ਦੇਖੋ ਹੁਣ ਫੋਲਡਿੰਗ ਵੇਲੇ, ਆਹ ਵੇਖੋ ਹੁਣ ਜਦੋਂ ਆਪਾਂ ਸੀਨ ਲਾਵਾਂਗੇ ਇਹਦੇ ਵਿੱਚ ਪਤਾ ਨਹੀਂ ਲੱਗਦਾ ਵੀ ਹੁਣ ਵੀ ਥੱਲੇ ਪ੍ਰੋਪਰ ਸੀਨ ਆਉਂਦੀ ਪਈ ਹੈ ਕਿ ਨਹੀਂ, ਮਤਲਬ ਜਿਹੜੇ ਸ਼ੁਰੂ ਤੋਂ ਕੰਮ ਕਰਦੇ ਪਏ ਉਹ ਤਾਂ ਪ੍ਰੋਪਰ ਲਾ ਲੈਣਗੇ, ਜਿਵੇਂ ਅਸੀਂ ਵੀ ਹੁਣ ਇੰਨੇ ਟਾਈਮ ਤੋਂ ਕੰਮ ਕਰਦੇ ਹਾਂ, ਸਾਨੂੰ ਪਤਾ ਜਜਮੈਂਟ ਹੋ ਜਾਂਦੀ ਵੀ ਇੱਥੇ ਕਿਤੇ ਸੀਨ ਲੰਘੂਗੀ ਤਾਂ ਬੰਦਾ ਉਸ ਹਿਸਾਬ ਨਾਲ ਕੱਪੜੇ ਦੀ ਸੈਟਿੰਗ ਕਰ ਲੈਂਦਾ, ਪਰ ਜਿਹੜੇ ਨਵੇਂ ਵਿਊਵਰਸ ਆ, ਨਵੇਂ ਸਟਿਚਿੰਗ ਦਾ ਕੰਮ ਕਰਨ ਲੱਗੇ ਆ, ਬਿਗਨਰ ਆ, ਉਹਨਾਂ ਨੂੰ ਇਹ ਚੀਜ਼ ਦੀ ਬਹੁਤ ਦਿੱਕਤ ਆਊਗੀ, ਉਹ ਦੂਸਰੇ ਤਰੀਕੇ ਨਾਲ ਬੈਲਟ ਪਾਇਓ। ਆਹ ਵੇਖੋ ਹੁਣ ਅਸੀਂ ਤਾਂ ਇਹਦੇ ਨਾਲ ਜਜਮੈਂਟ ਐਂ ਸੈੱਟ ਕਰ ਲਈ ਦੀ ਆ, ਪ੍ਰੋਪਰ ਰੱਖ ਕੇ ਆ। ਫਿਨਿਸ਼ਿੰਗ ਜਿਹੜੀ ਆਪਾਂ ਦੇਣੀ ਹੁੰਦੀ ਆ ਉਹ ਫਰੰਟ ਸਾਈਡ ਤੋਂ ਦੇਣੀ ਹੁੰਦੀ ਆ, ਵੀ ਜਿਹੜੀ ਸੀਨ ਉਹ ਕੰਨੀ ਕੰਨੀ 'ਤੇ ਲੱਗੇ ਉਹ ਫਰੰਟ ਸਾਈਡ 'ਤੇ ਹੁੰਦੀ ਆ, ਬੈਕ ਸਾਈਡ ਸੀਨ ਕਿਤੇ ਵੀ ਅਜੇ ਕੋਈ ਮੈਟਰ ਨਹੀਂ ਕਰਦੀ ਹੁੰਦੀ। ਪਰ ਤੁਹਾਨੂੰ ਮੈਂ ਦੂਸਰੇ ਤਰੀਕੇ ਨਾਲ ਦੂਜੀ ਸਕਲਟ ਦੱਸੂੰਗਾ, ਬਾਹਲਾ ਸਿਆਣਾ ਮੈਂ ਵੀ ਹਿਸਾਬ ਤੋਂ ਜ਼ਿਆਦਾ ਹੀ। ਅਤੇ ਵੀਡੀਓ ਨੂੰ ਲਾਈਕ ਲੁਇਕ ਦੱਬ ਕੇ ਕਰ ਦਿਆ ਕਰੋ ਯਾਰ, ਨੱਪ ਕੇ ਦੱਬ ਕੇ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ। ਕਮੈਂਟ ਕਮੁੰਟ ਜੇ ਤੁਹਾਡੇ ਹੁਣ ਬਹੁਤ ਘੱਟ ਆਉਂਦੇ ਆ, ਮੈਨੂੰ ਐਂ ਜਿਹਾ ਲੱਗਦਾ ਰਹਿੰਦਾ ਲੋਕਾਂ ਦਾ ਇੰਟਰਸਟ ਆ ਮਰਦਾ ਜਾਂਦਾ ਵੀਡੀਓ ਦੇ ਵਿੱਚ। ਆਹ ਵੇਖੋ ਜੀ, ਤੁਹਾਨੂੰ ਮੈਂ ਦੱਸਦਾ ਨਵੀਂ ਸਕਲਟ ਦੇ ਵਿੱਚ ਆਪਾਂ ਕਿਵੇਂ ਲਾਉਣਾ। ਉਹਦੇ 'ਤੇ ਆਪਾਂ ਗਲਤੀ ਕੀਤੀ ਸੀ, ਆਪਾਂ ਨਾ ਸਿੱਧੇ ਪਾਸੇ ਰੱਖ ਕੇ ਲਾ ਕੇ ਅਤੇ ਉਲਟਾਤਾ ਸੀ, ਇਹ ਆਪਾਂ ਲਾ ਰੱਖ ਕੇ ਲਾਉਣਾ ਜਿਹੜਾ ਪੁੱਠੇ ਪਾਸੇ, ਜਿਹੜਾ ਲਾਈਨਿੰਗ ਵਾਲਾ ਪਾਸਾ ਹੋਊਗਾ ਉਸ ਪਾਸੇ ਤੁਸੀਂ ਬੈਲਟ ਦੇ ਪੀਸ ਨੂੰ ਰੱਖਣਾ। ਉਹਦੇ ਵਿੱਚ ਆਪਾਂ ਗਲਤੀ ਕੀ ਕੀਤੀ, ਆਪਾਂ ਸਿੱਧੇ ਪਾਸੇ ਰੱਖ ਲਿਆ ਅਤੇ ਜਦੋਂ ਆਪਾਂ ਉਲਟਾਇਆ ਤਾਂ ਫਿਰ ਉਹ ਕੱਪੜਾ ਦੂਸਰੇ ਪਾਸੇ ਚਲਾ ਗਿਆ। ਇਹਦੇ ਵਿੱਚ ਜਿਹੜੀ ਲੱਗੂਗੀ ਬੈਲਟ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਲੱਗੂਗੀ। ਆਹ ਦੇਖੋ ਹੁਣ ਜਿਹੜੀ ਆਪਾਂ ਲਾਈਨਿੰਗ ਵਾਲੇ ਪਾਸੇ ਆ ਬੈਲਟ ਨੂੰ ਇਸ ਪਾਸ ਇਸ ਤਰੀਕੇ ਨਾਲ ਸਟਿਚ ਕਰ ਲਿਆ। ਇਦੂ ਬਾਅਦ 'ਚ ਆਪਾਂ ਕੀ ਕਰਾਂਗੇ ਨਾ, ਜਿਹੜਾ ਪੀਸ ਹੋਊਗਾ ਇਹਨੂੰ ਆਪਾਂ ਸਿੰਪਲ ਉਧਰਲੇ ਪਾਸੇ ਫੋਲਡ ਕਰਾਂਗੇ ਸਿੱਧੇ ਪਾਸੇ। ਆਹ ਹੁਣ ਵੇਖੋ ਆਹ ਪੁੱਠਾ ਪਾਸਾ ਆਜੂਗਾ, ਇੱਧਰ ਸੀਨ ਜਿੱਥੇ ਮਰਜ਼ੀ ਆ ਜੇ ਕੋਈ ਪ੍ਰੋਬਲਮ ਨਹੀਂ, ਇਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਫੋਲਡ ਕਰਕੇ ਬਿਲਕੁਲ ਕੰਨੀ ਕੰਨੀ 'ਤੇ ਸੀਨ ਲਾ ਲਾਂਗੇ, ਮਤਲਬ ਦੋਨਾਂ ਪਾਸੇ ਫਿਨਿਸ਼ਿੰਗ ਪ੍ਰੋਪਰ ਆ ਜੂਗੀ, ਮਤਲਬ ਫਿਨਿਸ਼ਿੰਗ ਇੱਧਰ ਵੀ ਸਹੀ ਰਹੂਗੀ ਅਤੇ ਉੱਧਰ ਵੀ ਸਹੀ ਰਹੂਗੀ। ਅਤੇ ਉਹ ਪਹਿਲੀ ਸਕਲਟ ਵਿੱਚ ਆਪਾਂ ਗਲਤੀ ਕੀ ਕੀਤੀ, ਆਪਾਂ ਸਿੱਧੇ ਪਾਸੇ ਰੱਖ ਕੇ ਦੂਸਰੇ ਪਾਸੇ ਲਾਇਆ ਤਾਂ ਕਿ ਜਦੋਂ ਆਪਾਂ ਜਦੋਂ ਸੀਨ ਲਾਉਂਦੇ ਸੀ ਥਰਡੀ ਸਾਈਡ ਆਪਾਂ ਨੂੰ ਪਤਾ ਨਹੀਂ ਮਾਰਜਨ ਦੀ ਜਜਮੈਂਟ ਨਹੀਂ ਰਹਿੰਦੀ ਹੁੰਦੀ ਵੀ ਕਿੰਨਾ ਕੁ ਵਿੱਚ ਸੀਨ ਦੇ ਆ ਗਿਆ ਕਿ ਨਹੀਂ ਆਇਆ, ਕਿਉਂਕਿ ਉਹ ਆਪਾਂ ਨੂੰ ਦੇਖਦਾ ਨਹੀਂ ਪਿਆ ਹੁੰਦਾ। ਇੱਥੇ ਹੁਣ ਪ੍ਰੋਪਰ ਆਪਾਂ ਨੂੰ ਸਾਰਾ ਕੱਪੜਾ ਦਿਸੂਗਾ ਕਿਉਂਕਿ ਦੂਜੇ ਪਾਸੇ ਪੀਸ ਸਟਿਚ ਹੋ ਚੁੱਕਿਆ ਅਤੇ ਇੱਧਰਲੇ ਪਾਸੇ ਆਪਾਂ ਦੇਖ ਦੇਖ ਕੇ ਕੰਨੀ ਕੰਨੀ 'ਤੇ ਸਟਿਚ ਕਰ ਲਵਾਂਗੇ। ਹੋਪ ਤੁਸੀਂ ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ, ਜੇ ਨਹੀਂ ਸਮਝ ਲੱਗੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਜਿਹੜੀ ਚੀਜ਼ ਦੀ ਤੁਹਾਨੂੰ ਕੋਈ ਦਿੱਕਤ ਆਵੇ, ਜਿਹੜੀ ਚੀਜ਼ ਦੀ ਕੋਈ ਤੁਹਾਨੂੰ ਨਾ ਸਮਝ ਆਵੇ। ਆਹ ਦੇਖੋ ਇਸ ਤਰੀਕੇ ਨਾਲ ਮੁੜ ਕੇ ਆਪਾਂ ਨਾ ਬਿਲਕੁਲ ਕੰਨੀ ਕੰਨੀ 'ਤੇ ਸੀਨ ਲਾ ਦੇਣੀ ਆ। ਅਤੇ ਇੱਕ ਚੀਜ਼ ਦਾ ਬਹੁਤ ਧਿਆਨ ਰੱਖਿਆ ਕਰੋ, ਕੋਈ ਵੀ ਸੀਨ ਲਾਉਣ ਲੱਗਦੇ ਨਾ ਤੁਸੀਂ ਕੱਪੜੇ ਨੂੰ ਥੋੜ੍ਹਾ ਜਿਹਾ ਖਿੱਚ ਕੇ ਰੱਖਿਆ ਕਰੋ, ਉਹਦੇ ਨਾਲ ਕੀ ਹੈ ਮਾੜੀ ਮੋਟੀ ਜਿਹੜੀ ਸੀਨ ਦੀ ਖਿੱਚ, ਧਾਗੇ ਦੀ ਖਿੱਚ ਉਹ ਕਦੇ ਵੀ ਤੁਹਾਡੇ ਕੱਪੜੇ ਦੇ ਵਿੱਚ ਨਹੀਂ ਆਊਗੀ। ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਣਾ ਜਿਹੜੀ ਸੀਨ ਆਪਾਂ ਨੂੰ ਕੰਨੀ ਕੰਨੀ 'ਤੇ ਲਾਈ। ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਕੰਨੀ ਕੰਨੀ 'ਤੇ ਸੀਨ ਲਾ ਲਿਓ ਅਤੇ ਤੁਹਾਡਾ ਕੰਮ ਫਤਿਹ ਆ। ਸਿੱਖ ਗਏ ਤੁਸੀਂ ਤਾਂ ਆਰਾਮ ਨਾਲ ਸਿੱਖ ਗਏ, ਐਡੇ ਸੌਖੇ ਤਰੀਕੇ ਨਾਲ ਸਿਖਾ ਤਾ ਤੁਹਾਨੂੰ, ਦੱਸ ਯਾਰ ਚੁਟਕੀ 'ਚ ਸਿੱਖ ਗਏ ਤੁਸੀਂ, ਚੁਟਕੀ 'ਚ। ਮੈਂ ਇੰਨੇ ਸਾਲਾਂ 'ਚ ਸਿੱਖੀ ਆ, ਤੁਹਾਨੂੰ ਮੈਂ ਅੱਧੇ ਘੰਟੇ ਸਿਖਾ ਦੀ ਆ ਜੀ, ਕਮਾਲ ਆ ਯਾਰ। ਚਲੋ ਆ ਜਾਓ ਦੂਜੀ ਪੁਰਾਣੀ ਸਕਲਟ ਦੀ ਆ ਜਾਓ, ਉੱਥੇ ਤੁਹਾਨੂੰ ਦੱਸਦਾ ਕਿਵੇਂ ਲਾਸਟਿਕ ਪਾਉਣਾ। ਆਹ ਦੇਖੋ ਜੀ ਇੰਨੀ ਸਪੇਸ ਆਪਾਂ ਛੱਡ ਲੈਣੀ ਲਾਸਟਿਕ ਵਾਸਤੇ ਜਿਹੜੀ ਆ, ਮਤਲਬ ਥੋੜ੍ਹਾ ਜਿਹਾ ਮੁਰਾ ਜਿਹਾ ਛੱਡ ਲਿਓ ਜਿਹਦੇ ਵਿੱਚ ਦੀ ਆਪਣਾ ਲਾਸਟਿਕ ਲੰਘ ਜਾਵੇ ਇਸ ਤਰ੍ਹਾਂ ਕਰਕੇ। ਅਤੇ ਹੁਣ ਲਾਸਟਿਕ ਤੁਸੀਂ ਉਹ ਤੁਹਾਨੂੰ ਪਤਾ ਹੀ ਆ ਜੀ ਆਪਣੀ ਕਮਰ ਦੇ ਅਕੋਰਡਿੰਗ, ਜਿੰਨਾ ਕੁ ਤੁਹਾਨੂੰ ਲਾਸਟਿਕ ਚਾਹੀਦਾ, ਜਿੰਨਾ ਕੁ ਤੁਹਾਨੂੰ ਟਾਈਟ ਚਾਹੀਦਾ, ਜਿੰਨਾ ਕੁ ਤੁਹਾਨੂੰ ਲੂਜ਼ ਚਾਹੀਦਾ, ਉਹਨਾਂ ਕੁ ਆਪਦੇ ਹਿਸਾਬ ਨਾਲ ਤੁਸੀਂ ਲਾਸਟਿਕ ਕਟਿੰਗ ਕਰਕੇ ਅਤੇ ਵਿੱਚ ਪਾ ਲਿਓ ਅਤੇ ਉੱਪਰ ਸੀਨ ਮਾਰ ਲਿਓ ਅਤੇ ਤੁਹਾਡੀ ਸਕਲਟ ਜਿਹੜੀ ਆ ਰੈਡੀ ਆ। ਜਿੰਨੀ ਕੁ ਤੁਹਾਡੀ ਜਿਵੇਂ ਮੰਨ ਕੇ ਚੱਲੋ ਸਾਡੀ ਜਿਵੇਂ 18 ਇੰਚ ਕਮਰ ਸੀ ਇਹਦੀ, ਅਤੇ ਆਪਾਂ ਉਦੋਂ ਥੋੜ੍ਹਾ ਜਿਹਾ ਘਟਾ ਕੇ ਪਾਵਾਂਗੇ 14 ਜਾਂ 14-15 ਪਾ ਲਵਾਂਗੇ, ਮਤਲਬ ਜਿੰਨਾ ਕੁ ਤੁਹਾਨੂੰ ਕੰਫਰਟੇਬਲ ਰਹੂਗਾ, ਜਿੰਨੇ ਕੁ ਲਾਸਟਿਕ ਦੇ ਵਿੱਚ ਜ਼ਿਆਦਾ ਟਾਈਟ ਨਾ ਲੱਗੇ, ਕਿਤੇ ਨਾ ਹੋਵੇ ਤੁਸੀਂ ਹਿਸਾਬ ਤੋਂ ਜ਼ਿਆਦਾ ਛੋਟਾ ਪਾ ਲਓ, ਬਾਅਦ 'ਚ ਤੁਹਾਡੇ ਲਾਸਟਿਕ ਦੇ ਨਿਸ਼ਾਨ ਪੈ ਜਾਣ ਬੋਡੀ 'ਤੇ। ਉਸ ਹਿਸਾਬ ਨਾਲ ਜਿੰਨੀ ਕੁ ਤੁਹਾਨੂੰ ਰਿਕੁਆਇਰਮੈਂਟ ਆ, ਜਿੰਨਾ ਕੁ ਤੁਹਾਨੂੰ ਸਹੀ ਲੱਗਦਾ ਉਨਾ ਕੁ ਆਪਦਾ ਲਾਸਟਿਕ ਪਾ ਲਿਓ ਅਤੇ ਸਕਲਟ ਤੁਹਾਡੀ ਪ੍ਰੋਪਰ ਰੈਡੀ ਹੋ ਜੂਗੀ। ਇਹਨੂੰ ਬਸ ਇਹਦੇ ਵਿੱਚ ਫਿੱਟ ਕਰਨਾ। ਆਹ ਦੇਖੋ ਨਾਲੇ ਖਿੱਚ ਕੇ ਵੇਲਿਆ ਕਰੋ ਵੀ ਉਸ ਤੱਕ ਪੂਰਾ ਆ ਜੂਗਾ। ਲਾਸਟਿਕ ਨੂੰ ਸਿੰਪਲ ਇਸ ਤਰੀਕੇ ਨਾਲ ਸਟਿਚ ਕਰ ਲਿਓ ਅਤੇ ਇੱਕ ਜਿਹੜੀ ਮੇਨ ਗੱਲ ਆ, ਲਾਸਟਿਕ ਪਾਉਣ ਤੋਂ ਬਾਅਦ ਨਾ ਘੱਟੋ ਘੱਟ 4-5 ਵਾਰੀ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਖਿੱਚ ਲਿਆ ਕਰੋ, ਵਾਰੀ ਵਾਰੀ ਖਿੱਚੀ ਚੱਲਿਆ ਕਰੋ। ਜਦੋਂ ਖਿੱਚੀ ਚੱਲੋਗੇ ਨਾ ਜਿਹੜਾ ਪ੍ਰੋਪਰ ਕੱਪੜਾ ਆਪਦੀ ਜਗ੍ਹਾ ਸੈੱਟ ਹੋ ਜਾਊ, ਮਤਲਬ ਇਹਨੂੰ ਖਿੱਚੀ ਚੱਲਿਆ ਕਰੋ ਲਾਸਟਿਕ ਵਿੱਚ ਪਾ ਕੇ, ਖਿੱਚ ਲਿਆ ਛੱਡਤਾ, ਖਿੱਚ ਲਿਆ ਛੱਡਤਾ, ਖਿੱਚ ਲਿਆ ਛੱਡਤਾ, ਇਹ ਕੰਮ ਕਰੀ ਚੱਲੋ।
ਅਤੇ ਮੈਂ ਤੁਹਾਨੂੰ ਕਹਿੰਦਾ ਸੱਚ ਯਾਰ, ਵੀਡੀਓ ਨੂੰ ਦੱਬ ਕੇ ਸ਼ੇਅਰ ਸ਼ੂਅਰ ਕਰ ਦਿਆ ਕਰੋ ਯਾਰ, ਚੱਲ ਯਾਰ ਨਹੀਂ ਕਰਨੀ ਤਾਂ ਨਾ ਕਰੋ, ਕਸਮਾਂ ਨੂੰ ਖਾਓ, ਆਪਾਂ ਆਪਦੇ ਰੂਟੀਨ ਨਾਲ ਪਾਈ ਜਾਣੀ ਆ ਆਪਣੀ ਜਿਹੜੀ ਹਰੇਕ ਵੀਡੀਓ ਮੰਗਲਵਾਰ ਦੀ ਮੰਗਲਵਾਰ ਤੁਹਾਡੇ ਕੋਲ ਆਇਆ ਕਰੂਗੀ ਜੀ। ਹਫ਼ਤੇ 'ਚ ਸਿਰਫ ਇੱਕ ਹੀ ਵੀਡੀਓ ਦੇ ਪਾਊਂਗਾ, ਅਤੇ ਜਿਹੜੀ ਵੀ ਵੀਡੀਓ ਦਊਂਗਾ ਪ੍ਰੋਪਰ ਡਿਟੇਲ ਵਿੱਚ ਸਮਝਾਊਂਗਾ, ਕਿਸੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੋਊਗੀ, ਹਰ ਚੀਜ਼ ਇਕੱਲੀ ਇਕੱਲੀ ਬਹੁਤ ਹੀ ਬਰੀਕੀ ਨਾਲ ਜਾ ਕੇ ਜ਼ਿਆਦਾ ਦੱਸੂੰਗਾ। ਆਹ ਦੇਖੋ ਜੀ, ਮੁੜ ਕੇ ਇਸ ਤਰੀਕੇ ਨਾਲ ਆਪਾਂ ਲਾਸਟਿਕ ਆ ਜਿਹੜਾ ਉਹਦਾ ਖਿੱਚ ਖੁੱਚ ਕੇ ਪਾ ਲਿਓ, ਮਤਲਬ ਤੁਸੀਂ ਪ੍ਰੋਪਰ ਖਿੱਚ ਕੇ, ਇਕੱਲਾ ਇੱਕ ਸਿੰਗਲ ਬੰਦਾ ਵੀ ਲਾਸਟਿਕ ਪਾ ਸਕਦਾ। ਕਈ ਵਾਰੀ ਕੀ ਕਰਦੇ ਲੋਕ, ਦੋ ਦੋ ਜਣੇ ਬਹਿ ਜਾਂਦੇ ਮਸ਼ੀਨ 'ਤੇ ਲਾਸਟਿਕ ਪਾਉਣਾ, ਅਤੇ ਇੱਕ ਜਣਾ ਅੱਗੋਂ ਫੜ ਕੇ ਰੱਖਦਾ, ਇੱਕ ਜਣਾ ਮਗਰੋਂ ਖਿੱਚਦਾ, ਉਹ ਬੇਵਕੂਫੀ ਆ। ਰੱਬ ਨੇ ਤੁਹਾਨੂੰ ਦੋ ਹੱਥ ਕਾਹਦੇ ਹੱਥ ਦਿੱਤੇ ਆ, ਇੱਕ ਨਾਲ ਲਾਸਟਿਕ ਗਾਂਹ ਖਿੱਚ ਲਓ, ਇੱਕ ਨਾਲ ਲਾਸਟਿਕ ਪਿਛਾਂ ਖਿੱਚ ਲਓ। ਹੋਰ ਦੋ ਹੱਥਾਂ ਦਾ ਕੋਈ ਕੰਮ ਨਹੀਂ ਸੀਗਾ, ਵੈਸੇ ਇੱਕ ਹੱਥ ਨਾਲ ਵੀ ਬੰਦੇ ਦਾ ਸਰ ਜਾਣਾ ਸੀਗਾ। ਆਹ ਪ੍ਰੋਪਰ ਤਰੀਕੇ ਨਾਲ ਸੇਮ ਇਸੇ ਤਰੀਕੇ ਨਾਲ ਹੀ ਆਪਾਂ ਜਿਹੜੀ ਆ ਡਬਲ ਸੀਨ, ਇੱਕ ਹੋਰ ਥੋੜ੍ਹੀ ਸਪੇਸ ਛੱਡ ਕੇ, ਜਿਵੇਂ ਅੱਧੇ ਅੱਧੇ ਪੈਰ ਦੀ ਲਾ ਲਓ, ਅੱਧੇ ਅੱਧੇ ਪੈਰ ਦੀ ਸਪੇਸ ਛੱਡ ਕੇ ਆਪਾਂ ਲਾਵਾਂਗੇ ਜਿਹੜੀ ਡਬਲ ਸੀਨ ਹੋਊਗੀ। ਉਹਦੇ ਨਾਲ ਕੀ ਹੈ, ਥੋੜ੍ਹਾ ਜਿਹਾ ਜਿਹੜਾ ਬੈਲਟ ਆ ਫਿਨਿਸ਼ਿੰਗ ਜੀ ਸੋਹਣੀ ਲੱਗਦੀ ਹੁੰਦੀ ਆ, ਨਹੀਂ ਤਾਂ ਜੇ ਆਪਾਂ ਸੀਨ ਇੱਕ ਲਾ ਕੇ ਵੀ ਰਫਾ ਦਫਾ ਕਰ ਸਕਦੇ ਸੀ। ਹਲੋ, ਇਸ ਤਰੀਕੇ ਨਾਲ ਆਪਾਂ ਡਬਲ ਸੀਨ ਲਾ ਲੈਣੀ ਆ। ਚਲ ਚਲ, ਛੇਤੀ ਛੇਤੀ ਹੱਥ ਲਾ, ਛੇਤੀ ਛੇਤੀ ਵੀਡੀਓ ਛੇਤੀ ਖਤਮ ਕਰ, ਬਹੁਤ ਟਾਈਮ ਹੋ ਗਿਆ, ਅੱਧਾ ਘੰਟਾ ਤੇਰੇ ਵਾਸਤੇ ਕੌਣ ਬੈਠਾ ਰਹੂ ਵੀਡੀਓ ਵੇਖਣ ਨੂੰ, ਛੇਤੀ ਛੇਤੀ ਨੇ ਬੈਠਣ, ਛੇਤੀ 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 ਛੇਤੀ। ਲਓ ਜੀ, ਆਹ ਜਿਹੜੀ ਆਪਣੀ ਸਕਲਟ ਅਤੇ ਬੈਲਟ ਵੀ ਆਲਰੇਡੀ ਪੈ ਗਿਆ ਜੀ, ਅਤੇ ਬਣਨ ਤੋਂ ਬਾਅਦ ਵੇਖੋ ਆਪਣਾ ਬੈਲਟ ਕੁਝ ਇਸ ਤਰ੍ਹਾਂ ਦਾ ਬਣ ਜੂਗਾ ਜੀ, ਠੀਕ ਹੈ। ਅਬ ਇਸਕੋ ਉਠਾ ਕੇ ਦੇਖਤੇ ਹੈ ਕੈਸੀ ਬਣ ਗਈ ਹੈ, ਇਹ ਦੇਖੋ ਐਸੇ ਇਸਕੋ ਖਿਲਾਰ ਕਰ, ਦੇਖੋ ਕੈਸੀ ਬਣ ਗਈ ਹੈ, ਐਸੇ ਫਲੇਅਰ ਬਣੇਗੀ, ਐਸੇ ਨਹੀਂ ਆਪਕੋ ਸਮਝ ਲੱਗੇ ਕਿ ਕਿਸੇ ਕੇ ਡਲਾ ਕੇ ਵੇਖ ਦਊ, ਡਲਾ ਕੇ ਵੇਖਾ ਹਿੰਦੀ ਵਿੱਚ ਕਿੱਡਾ ਲੱਡੂ ਕੰਮ ਲੱਗਦਾ। ਆਹ ਦੇਖੋ, ਜਦੋਂ ਆਪਾਂ ਕਿਸੇ ਦੇ ਪਾ ਕੇ ਵੇਖਾਂਗੇ ਤਾਂ ਉਹ ਜ਼ਿਆਦਾ ਸੋਹਣੀ ਲੱਗੂਗੀ ਜੀ, ਜਿਹੜੀ ਮੈਂ ਸਭ ਤੋਂ ਵਧੀਆ ਜੀ ਕਹਿੰਦਾ ਸੀ, ਜਿਹੜੀ ਲੈਸ ਲੱਗਣੀ ਥੱਲੇ, ਤੁਸੀਂ ਬਰੀਕ ਜਾਂ ਮੋਟੀ ਲੈਸ ਕੋਈ ਵੀ ਲਾ ਸਕਦੇ ਹੋ, ਅਤੇ ਇਸ ਤਰ੍ਹਾਂ ਦੀ ਇਹਦੀ ਫਲੇਅਰ ਬਣ ਜੂਗੀ। ਉਹ ਜ਼ਿਆਦਾ ਨਾ ਘੁੰਮ, ਚੱਕਰ ਖਾ ਕੇ ਡਿੱਗ ਪਏਗਾ ਤੂੰ, ਕਿਹੜਾ ਬੁੜੀਆਂ, ਉਹ ਬੱਸ ਕਰ ਖਸਮਾ, ਬੱਸ ਕਰ, ਚਾਹ ਹੀ ਕਰ ਗਿਆ ਜਿਹੜਾ ਸਾਡਾ ਛੋਰ ਹੈਗਾ। ਚਲੋ ਠੀਕ ਹੈ ਜੀ, ਮਿਲਦੇ ਹਾਂ ਅਗਲੀ ਵੀਕ ਇੱਕ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਇੱਦਾਂ ਹੀ ਪਿਆਰ ਬਣਾਈ ਰੱਖਿਓ, ਅਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰਦੇ ਰਿਹਾ ਕਰੋ। ਬਾਏ ਬਾਏ।